ਅੱਜ ਡੀਡੀ ਪੰਜਾਬੀ ਦੇ ਪਸੰਦੀਦਾ ਪ੍ਰੋਗਰਾਮ ਸੁਨੇਹੇ ਵਿੱਚ ਜੀ ਆਇਆਂ ਨੂੰ ਇਸਤਕਬਾਲ ਤੇ ਬਹੁਤ ਬਹੁਤ ਧੰਨਵਾਦ ਵੀ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਦਿੰਨੇ ਹੋ ਬਹੁਤ ਮਾਣ ਦਿੰਨੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਸੁਨੇਹੇ ਆਪਣਿਆਂ ਦੇ ਸੁਨੇਹੇ ਆਪਣਿਆ ਤੀਕ ਮੈਂ ਹਰ ਨਵਜੋਤ कौर ਆਪਣਿਆਂ ਦੇ ਸੁਨੇਹੇ ਆਪਣਿਆ ਤੀਕ ਪਹੁੰਚਣ ਦਾ ਇੱਕ ਵੱਖਰਾ ਜਾਂ ਅੰਦਾਜ਼ ਸ਼ੁਰੂ ਤੋਂ ਰਿਹਾ ਹੈ ਗਾਣਿਆਂ ਦੇ ਵਿੱਚ ਗੀਤ ਸੰਗੀਤ ਦੇ ਵਿੱਚ ਵੀ ਜਦੋਂ ਕਿਤੇ ਚਿੱਠੀ ਦਾ ਜ਼ਿਕਰ ਹੋਇਆ ਉਹਦੇ ਵਿੱਚ ਆਲੇ-ਦੁਆਲੇ ਦੀ ਸੁੱਖ-ਸਾਂਦ ਪੁੱਛੀ ਹੈ ਮੈਂ ਚਿੱਠੀ ਲੰਡਣੋਂ ਲਿਖਦਾ ਤਾਰਾ ਪਿੰਡ ਦਾ ਹਾਲ ਸੁਣਾ ਦਿਲਦਾਰਾ ਉਹਦੇ ਵਿੱਚ ਉਹ ਬੜੀ ਦੂਰ ਬੈਠਾ ਹੈ ਤੇ ਆਪਣੇ ਨੇੜੇ ਤੇੜੇ ਆਪਣੇ ਗ੍ਰਾਈ ਲੋਕਾਂ ਨੂੰ ਪੁੱਛਦਾ ਹੈ ਵੀ ਇੱਥੇ ਵਸਣ ਵਾਲੇ ਠੀਕ-ਠਾਕ ਨੇ ਸੁੱਖ-ਸਾਂਦ ਹੈ ਕਿੱਥੇ ਕੀ ਹੋ ਰਿਹਾ ਹੈ ਕਿੱਥੇ ਕੀ ਚੱਲ ਰਿਹਾ ਮੈਨੂੰ ਦੂਰ ਬੈਠੇ ਨੂੰ ਦੱਸ ਖਾਂ ਭਲਾ ਸੋ ਉਹ ਜਿਹੜਾ ਦਸਖਾਂ ਭਲਾ ਹੈ ਉਹਦੇ ਵਿੱਚ ਨਿੱਗ ਲੁਕਿਆ ਹੈ ਸਤਕਾਰ ਲੁਕਿਆ ਹੈ ਮਾਣ ਲੁਕਿਆ ਹੈ ਸਨਮਾਨ ਲੁਕਿਆ ਹੈ ਆਤਮ ਵਿਸ਼ਵਾਸ ਵੀ ਲੁਕਿਆ ਹੈ ਤੇ ਆਪਣਿਆਂ ਦੀ ਸੁਖ શાંત ਜਾਣਣ ਦੀ ਇੱਕ ਤਾਂਗ ਇੱਕ ਉਡੀਕ ਵੀ ਲੁਕੀ ਹੈ ਸੋ ਪ੍ਰੋਗਰਾਮ ਸੁਨੇਹੇ ਦੇ ਵਿੱਚ ਤੁਸੀਂ ਸਾਨੂੰ ਸੁਨੇਹੇ ਭੇਜ ਲਦੇ ਹੋ ਆਪਣਿਆਂ ਤੋਂ ਸੁਨੇਹੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣਿਆਂ ਤੀਕ ਸਹੀ ਤਰੀਕੇ ਦੇ ਨਾਲ ਸਹੀ ਢੰਗ ਨਾਲ ਨਿੱਗ ਨਾਲ ਪਿਆਰ ਨਾਲ ਸਤਕਾਰ ਨਾਲ ਮਾਣ ਨਾਲ ਭੇਜੇ ਜਾਣ ਔਰ ਛੋਟੀਆਂ ਜੀਆਂ ਕੁਝ ਹਦਾਇਤਾਂ ਨੇ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਹੀ ਤੁਹਾਡੇ ਨਾਲ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ ਅਸੀਂ ਬਾਰ ਬਾਰ ਇਹ ਚੀਜ਼ ਕਹਿੰਨੇ ਆ ਜਦੋਂ ਤੁਸੀਂ ਸਾਨੂੰ ਸੁਨੇਹੇ ਭੇਜਦੇ ਹੋ ਉਸ ਵੇਲੇ ਤੁਸੀਂ ਜਿਹੜੀ ਤਸਵੀਰ ਭੇਜਦੇ ਹੋ ਉਹ ਸਿਰਫ ਤੇ ਸਿਰਫ ਆਪਣੀ ਤਸਵੀਰ ਜੇ ਇੱਕ ਜਨਮ ਦਿਨ ਹੈ ਇੱਕ ਨਾਮ ਭੇਜਿਆ ਤੇ ਇੱਕ ਤਸਵੀਰ ਜਦੋਂ ਤੁਸੀਂ ਵਿਆਹ ਦੀ ਵਰੇ ਗੰਢ ਦੀ ਤਸਵੀਰ भेज ਰਿਹਾ ਤੇ ਉਹ ਕਿਤੋਂ ਕਾਪੀ ਪੇਸਟ ਕਰਕੇ ਜਾਂ ਕੱਟ ਕੇ ਦੋ ਤਸਵੀਰਾਂ ਨੂੰ ਜੋੜ ਕੇ ਨਾ ਭੇਜਿਆ ਕਰੋ ਉਹਦੇ ਨਾਲ ਉਹ ਫੋਟੋ ਜਿਹੜੀ ਹੈ ਤੁਹਾਡੇ ਤੀਕ ਉਹ ਟੀਵੀ ਸਕਰੀਨ ਦੇ ਉੱਤੇ ਬਹੁਤ ਸੋਹਣੇ ਢੰਗ ਦੇ ਨਾਲ ਅਸੀਂ ਭੇਜਣ 'ਚ ਥੋੜੇ ਜਿਨੇ ਮਜਬੂਰ ਹੋ ਜਾਂਦੇ ਆ ਕਿਉਂਕਿ ਉਹਦੀ ਥੋੜੀ ਜਿਨੀ ਕੋਈ ਟੈਕਨੀਕਲ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਜਿਹਦੇ ਕਰਕੇ ਉਹ ਫੋਟੋ ਜਿਹੜੀ ਹੈ ਪ੍ਰਸਾਰਣ ਯੋਗ ਤੁਹਾਡੇ ਤੱਕ ਪਹੁੰਚਣ ਯੋਗ ਨਹੀਂ ਰਹਿੰਦੀ ਉਸ ਤੋਂ ਬਾਅਦ ਤੁਸੀਂ ਅਲੇਦਾ ਅਲੇਦਾ ਵੱਖ-ਵੱਖ ਈਮੇਲ ਇੱਕ ਈਮੇਲ ਦੇ ਵਿੱਚ ਤੁਸੀਂ ਫੋਟੋ ਭੇਜਦੇ ਹੋ ਦੂਸਰੀ ਈਮੇਲ ਦੇ ਵਿੱਚ ਤੁਸੀਂ ਸਾਨੂੰ ਨਾਮ ਭੇਜਦੇ ਹੋ ਤੀਸਰੀ ਈਮੇਲ ਦੇ ਵਿੱਚ ਤੁਸੀਂ ਹੋ ਸਕਦਾ ਹੈ ਕਿ ਆਪਣਾ ਫੋਨ ਨੰਬਰ ਭੇਜਦੇ ਹੋ ਸੋ ਇੱਕ ਸੁਨੇਹੇ ਵਾਸਤੇ ਤੁਸੀਂ ਤਿੰਨੀਆਂ ਚਾਰ ਸਾਨੂੰ ਈਮੇਲ ਕਰਦੇ ਹੋ ਸਿਰਫ ਇੱਕ ਈਮੇਲ ਜਿਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਵੇ ਇਹ ਬਹੁਤ ਹੈ ਫੋਨ ਨੰਬਰ ਜ਼ਰੂਰ ਭੇਜਿਆ ਕਰੋ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਵੀ ਇਹ ਲੱਗਦਾ ਹੈ ਵੀ ਜਿੱਥੇ ਕਿਤੇ ਅਧੂਰੀ ਜਾਣਕਾਰੀ ਹੈ ਅਸੀਂ ਉਸ ਫੋਨ ਨੰਬਰ ਦੇ ਰਾਹੀਂ ਤੁਹਾਡੇ ਤਿੱਖਾ رابطہ ਕਾਇਮ ਕਰ ਸਕਦੇ ਹਾਂ ਤੁਹਾਡੇ ਤਿੱਖ ਪਹੁੰਚ ਸਕਦੇ ਹਾਂ ਤੇ ਉਸ ਅਧੂਰੀ ਜਾਣਕਾਰੀ ਨੂੰ ਦਰੁਸਤ ਕਰ ਸਕਦੇ ਹਾਂ ਉਹਨੂੰ ਠੀਕ ਕਰ ਸਕਦੇ ਹਾਂ ਰਹੀ ਗੱਲ ਸੁਨੇਹਿਆਂ ਦੀ ਇਹ ਮੁੱਢ ਤੋਂ ਲੈ ਕੇ ਹੁਣ ਤੱਕ ਤੇ ਗਾਂਵ ਵੀ ਇਸੇ ਤਰ੍ਹਾਂ ਨਿੱਗ ਦਾ ਪਿਆਰ ਦਾ ਖਲੂਸ ਦਾ ਸੁਨੇਹਾ ਲੈ ਕੇ ਘਰੋਂ ਘਰੀ ਪਹੁੰਚਦੇ ਰਹਿਣਗੇ ਜ਼ਰੀਆਸੀ ਬਣਦੇ ਆ ਸੋ ਸਾਨੂੰ ਬੜਾ ਇਹ ਮਾਣ ਵੀ ਮਹਿਸੂਸ ਹੁੰਦਾ ਹੈ ਸਾਨੂੰ ਚੰਗਾ ਵੀ ਲੱਗਦਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਤੁਹਾਡੇ ਸੁਨੇਹੇ ਪੜਦੇ ਆ ਜਿਦੇ ਵਿੱਚ ਕਿਸੇ ਦਾਦੀ ਦਾ ਪਿਆਰ ਲੁਕਿਆ ਹੈ ਦਾਦੇ ਦੀਆਂ ਅਸੀਸਾਂ ਲੁਕੀਆਂ ਭੂਆ ਦਾ ਮਣਾ ਮੁਹੀ ਪਿਆਰ ਉਹਦੇ ਵਿੱਚ ਸ਼ਾਮਲ ਹੈ ਮਾਸੀਆਂ ਚਾਚੇ ਤਾਈਆਂ ਸਭ ਕਿਉਂਕਿ ਉਡੀਕ ਬਹੁਤ ਹੁੰਦੀ ਹੈ ਅਸੀਂ ਇਸ ਖਾਸ ਦਿਹਾੜੇ ਤੇ ਖਾਸ ਸ਼ਖਸ ਨੂੰ ਜਨਮ ਦਿਨ ਦੀ ਮੁਬਾਰਕਬਾਦ ਦੇਣੀ ਹੈ ਕਿਸੇ ਦਾ ਵਿਆਹ ਹੈ ਉਹਦੀ ਵਰੇਗੰਡ ਹੈ ਉਹਨੂੰ ਵੀ ਅਸੀਸਾਂ ਭੇਜਣੀਆਂ ਨੇ ਸੋ ਇਹ ਜਿਹੜੀ ਲੜੀ ਹੈ ਦੁਆਵਾਂ ਦੀ ਅਸੀਸਾਂ ਦੀ ਸ਼ਾਲਾ ਪਰਮਾਤਮਾ ਇਸੇ ਤਰ੍ਹਾਂ ਇਸ ਦੁਨੀਆ ਦੇ ਉੱਤੇ ਕਾਇਮ ਰੱਖੇ ਤੁਹਾਡੇ ਤੀਕ ਪਿਆਰ ਦੇ ਸੁਨੇਹੇ ਪਹੁੰਚਦੇ ਰਹਿਣ ਤੁਹਾਡੇ ਤੀਕ ਸਾਰੇ ਸੁਨੇਹੇ ਤੁਹਾਡੇ ਆਪਣੇਆਂ ਦੇ ਵੱਲੋਂ ਭੇਜੇ ਹੋਏ ਉਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਲੱਗਦਾ ਅਸੀਂ ਵੀ ਜਦੋਂ ਵਿੱਚ ਸ਼ਾਮਿਲ ਹੋ ਜਾਂਦੇ ਆ ਤੇ ਇੱਕ ਅਸੀਸ ਇੱਕ ਦੁਆ ਵਧਾਈ ਸਾਡੇ ਵੱਲੋਂ ਵੀ ਸ਼ਾਮਿਲ ਹੋ ਜਾਂਦੀ ਹੈ ਸ਼ੁਰੂ ਕਰਦੇ ਆ ਜੀ ਅੱਜ ਦੇ ਸੁਨੇਹੇ ਜਿਹੜੇ ਭੇਜੇ ਨੇ ਆਪਣੇਆਂ ਨੇ ਜਰੀਆਂ ਹਾਂ ਅਸੀਂ ਪੰਚਾਵਾਂਗੇ ਤੁਹਾਡੀ ਤੀਕ ਸਭ ਤੋਂ ਪਹਿਲੀ ਤਸਵੀਰ ਸ਼ਾਮਿਲ ਕਰਨ ਜਾ ਰਹੇ ਹਾਂ ਜੀ ਅੱਜ ਦੇ ਪ੍ਰੋਗਰਾਮ ਸੁਨੇਹੇ ਵਿੱਚ ਆਓ ਚਾਤ ਪਾਉਣੇ ਪ੍ਰਭ ਦੀਪ ਸੰਧੂ ਰਾਪਦੀਪ ਸੰਧੂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪੇਜਣ ਵਾਲਿਆਂ 'ਚ ਸ਼ਾਮਿਲ ਲੇ ਜੀ ਪਿਤਾ ਨਿਸ਼ਾਨਜੀਤ ਸਿੰਘ ਸੰਧੂ ਮਾਤਾ ਭពਿੰਦਰ ਕੌਰ ਸੰਧੂ ਬੇਟੀ ਇਨਾਇਤ ਸੰਧੂ ਪਤਨੀ ਹਰਪ੍ਰੀਤ ਸੰਧੂ ਇਹਨਾਂ ਦੇ ਸਹੁਰਾ ਸਾਹਿਬ surjeet singh patti ਤੇ ਸੱਸ ਨਿਰਮਲ ਕੌਰ ਪੱਟੀ ਅਰਜੂ ਪੱਟੀ ਆਸ਼िमा ਗਿੱਲ ਗਗਨਦੀਪ ਗਿੱਲ ਇਹਨਾਂ ਭੈਣਾਂ ਦੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਆਈਆਂ ਨੇ ਜੀ ਡੀਡੀ ਪੰਜਾਬੀ ਦੇ ਵੱਲੋਂ ਵੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸੇਤਿਆਬੀ ਬਖਸ਼ੇ ਚਰਨਜੀਤ ਸਿੰਘ ਢਿੱਲੋਂ ਜਨਮ ਦਿਨ ਮਨਾ ਰਹੇ ਨੇ ਜੀ 24 ਅਪ੍ਰੈਲ ਅੱਜ ਦੇ ਦਿਨ ਚਰਨਜੀਤ ਸਿੰਘ ਜੀ ਨੂੰ ਮੁਬਾਰਕਾਂ ਭੇਜੀਆਂ ਨੇ ਉਹਨਾਂ ਦੀ ਪਤਨੀ ਮਨਦੀਪ ਕੌਰ ਢਿੱਲੋਂ ਮਾਤਾ ਰਜਿੰਦਰ ਕੌਰ ਢਿੱਲੋਂ ਭੈਣ ਕਵਲਜੀਤ ਸੁਖਵੰਤ ਤੇਜਸਬੀਰ ਜੀਜਾ ਅਭਿਲਾਸ਼ ਕੁਲਦੀਪ ਸਿੰਘ ਸੰਧੂ ਅਵਤਾਰ ਸਿੰਘ ਥੇਤੀ ਪਰਾ ਦਲਜੀਤ ਸਿੰਘ ਤੇ ਸੁਖਬੀਰ ਕੌਰ ਉਹਨਾਂ ਦੇ ਭਾਬੀ ਜੀ ਬੱਚੇ ਨਵਜੋਤ ਜਸਪ੍ਰੀਤ ਈਸ਼ਪ੍ਰੀਤ ਸਹਿਜ ਤੇ ਮਿਹਰ ਬੇਟੀ ਹਰਪ੍ਰੀਤ ਕੌਰ ਬੇਟਾ ਭਗਤ ਸਿੰਘ ਮਾਮਾ ਸੁਵਿੰਦਰ ਸਿੰਘ ਮਾਮੀ ਪਰਮਜੀਤ ਕੌਰ ਚਾਚੇ ਚਾਚੀਆਂ ਮਾਸੀਆਂ ਮਾਸੜ ਇਹਨਾਂ ਸਾਰਿਆਂ ਦੇ ਵੱਲੋਂ ਹੀ ਮੁਬਾਰਕਾਂ ਆਈਆਂ ਨੇ ਚਰਨਜੀਤ ਸਿੰਘ ਢਿੱਲੋਂ ਆਪ ਸਭ ਨੂੰ ਮੁਬਾਰਕਾਂ ਨੇ ਔਰ ਚਰਨਜੀਤ ਸਿੰਘ ਢਿੱਲੋਂ ਤੁਹਾਨੂੰ ਡੀਡੀ ਪੰਜਾਬੀ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਸਿਹਤਿਆਬੀ ਦੇਵੇ ਚੜ੍ਹਦੀ ਕਲਾ ਬਖਸ਼ੇ ਅਗਲੀ ਤਸਵੀਰ ਦੇ ਵਿੱਚ ਲਵ ਗੋਇਲ ਦामिनी ਵਿਆਦੀ ਵਰੇ ਗੰਢ ਦੀਆਂ ਵਧਾਈਆਂ ਆਈਆਂ ਨੇ ਜੀ ਇਹਨਾਂ ਨੂੰ ਅਨੀਤਾ ਗੋਇਲ ਵੱਲੋਂ ਭੈਣ ਜੀ ਜੋਤਸਨਾ ਗੋਇਲ ਜੀਜਾ ਜੀ ਰਵੀਸ਼ ਗੋਇਲ ਮਮੀ ਜੀ ਅਸ਼wini ਗੁਪਤਾ ਮਾਮਾ ਜੀ ਅਸ਼wini ਗੁਪਤਾ ਮਮੀ ਜੀ ਸੁਸ਼ਮਾ ਰਾਣੀ ਅੰਕਲ ਜੀ ਡਾਕਟਰ ਚਮਨ ਲਾਲ ਸਚਦੇਵਾ ਅਤੇ ਸਮੂਹ ਗੋਇਲ ਪਰਿਵਾਰ ਸਮੂਹ ਪਰਿਵਾਰ ਦੇ ਵੱਲੋਂ ਇਹਨਾਂ ਨੂੰ ਵਿਆਹ ਦੀ ਵਰੇਗੰਡ ਬਹੁਤ-ਬਹੁਤ ਮੁਬਾਰਕ ਡੀਡੀ ਪੰਜਾਬੀ ਵੱਲੋਂ ਵੀ ਇਹਨਾਂ ਨੂੰ ਵਿਆਹ ਦੀ ਵਰੇਗੰਡ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਇਸੇ ਤਰ੍ਹਾਂ ਹੱਸਦੇ ਵਸਦੇ ਇੱਕ ਦੂਸਰੇ ਦੇ ਸਾਥ ਦੇ ਨਾਲ ਜ਼ਿੰਦਗੀ ਦੀਆਂ ਮੰਜ਼ਲਾਂ ਨੂੰ ਸਾਰ ਕਰਦੇ ਜਾਓ ਕਿਉਂਕਿ ਜ਼ਿੰਦਗੀ ਦਾ ਹਮਸਫਰ ਦੇ ਨਾਲ ਤੈਅ ਕਰਨ ਵਾਲਾ ਜਿਹੜਾ ਪੈਂਡਾ ਹੈ ਨਾ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਜਾਂਦਾ ਹੈ ਜਦੋਂ ਤੁਹਾਡਾ ਸਾਥੀ ਤੁਹਾਨੂੰ ਅੱਗੇ ਹੋ ਕੇ ਆਪ ਸਮਝਦਾ ਹੈ ਬਹੁਤ-ਬਹੁਤ ਮੁਬਾਰਕਾਂ ਜੀ ਸਾਡੇ ਵੱਲੋਂ शिवांश कुमार अपना जन्मदिन मना रहे हैं जी 25 अप्रैल ਨੂੰ शिवांश कुमार जी ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜਣ ਵਾਲਿਆਂ ਚ ਸ਼ਾਮਿਲ ਨੇ संदीप कुमार ਪਿਤਾ ਜੀ ਮਾਤਾ ਡੌਲੀ ਦਾਦੀ ਨਿਰਮਲਾ ਦੇਵੀ ਦਾਦਾ ਵਿਜੇ ਕੁਮਾਰ ਨਾਨੀ ਅੰਮ੍ਰਿਤਾ ਕੌਰ ਨਾਨਾ ਲੇਖ ਰਾਜ ਪੂਆ ਜੀ ਜੋਤੀ ਸੁਨੀਤਾ Kusum ਫੁੱਫੜ ਜੀ ਸੰਦੀਪ ਸਿੰਘ ਗੁਰਵਿੰਦਰ ਤੇ ਵਿਜੇ ਇਨ ਸਾਰਿਆਂ ਦੇ ਵੱਲੋਂ शिवांश कुमार ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ दूरदर्शन ਦੇ ਵੱਲੋਂ ਡੀਡੀ ਪੰਜਾਬੀ ਦੇ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਜਨਮ ਦਿਨ ਦੀਆਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਸੁਪਨੇ ਜਿਹੜੇ ਨੇ ਜੋ ਤੁਸੀਂ ਸੋਚੇ ਨੇ ਉਹ ਸਾਕਾਰ ਹੋਣ ਤੁਹਾਨੂੰ ਇੰਨਾ ਮਿਹਨਤ ਦਾ ਬਲ ਬਖਸ਼ੇ ਦਿਨ ਰਾਤ ਤੁਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਮੂਰਤ ਦੇਣ ਵਾਸਤੇ ਜੁਟੇ ਰਹੋ ਇਹ ਸਾਡੀ ਦਿਲੀ ਤਮੰਨਾ ਹੈ ਸੌਰਵ ਹੀਰ ਆਪਣਾ ਜਨਮ ਦਿਨ ਮਨਾ ਰਹੇ ਨੇ ਜੀ 25 ਤਰੀਕ ਨੂੰ 25 ਅਪ੍ਰੈਲ ਵਾਲੇ ਦਿਨ ਇਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜਣ ਵਾਲਿਆਂ ਦੇ ਵਿੱਚ ਪਿਤਾ ਮਾਤਾ ਨਿਰੰજન ਦਾਸ ਗੁਰਪ੍ਰੀਤ ਕੌਰ ਦਾਦਾ ਦਾਦੀ ਦੇਵਚੰਦ ਜੋਗਿੰਦਰ ਕੌਰ ਪੂਆ ਅਮਰਜੀਤ ਕੌਰ ਕਮਲਜੀਤ ਕੌਰ ਪੂਰਾ ਦਾਦਕਾ ਤੇ ਨਾਨਕਾ ਪਰਿਵਾਰ ਇਹਨਾਂ ਨੂੰ ਵਧਾਈਆਂ ਦੇ ਰਹੇ ਨੇ ਜੀ ਸਾਡੇ ਵੱਲੋਂ ਵੀ ਸੌਰਵ ਹੀਰ ਨੂੰ ਬਹੁਤ ਬਹੁਤ ਮੁਬਾਰਕਾਂ ਸੌਰਵ ਵੱਡਾ ਹੋ ਕੇ ਖੂਬ ਮਿਹਨਤ ਕਰਕੇ ਪੜ੍ਹਾਈ ਕਰਕੇ ਬਾਪੂ ਬਣ ਜਾਵੇ ਜਿਹਦੇ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇ ਆਪਣੀ ਸਾਰੇ ਰਿਸ਼ਤੇਦਾਰਾਂ ਦਾ ਨਾਮ ਰੌਸ਼ਨ ਕਰੇ ਅਸੀਂ ਇਹੀ ਦੁਆ ਕਰਦੇ ਹਾਂ ਡੀਡੀ ਪੰਜਾਬੀ ਵੱਲੋਂ ਵੀ ਦੂਰਦਰਸ਼ਨ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਰਮਨ ਬੈਂਸ ਆਪਣਾ ਜਨਮ ਦਿਨ ਮਨਾ ਰਹੇ ਨੇ ਜੀ ਇਹ ਵੀ 25 ਤਰੀਕ ਨੂੰ ਰਮਨ ਬੈਂਸ ਨੂੰ ਮੁਬਾਰਕਾਂ ਭੇਜੀਆਂ ਨੇ ਬੇਬੇ ਬਾਪੂ ਮਾਮੀ ਜੀ ਵੱਲੋਂ ਮਾਸੀ ਮਾਸੜ ਵੱਲੋਂ ਭਰਾਵਾਂ ਵੱਲੋਂ ਪਵਨ 골ਡੀ ਸतीश ਤਜਿੰਦਰ ਵਿੱਕੀ ਜਗਦੇਵ ਨਿੰਦਰ ਪ੍ਰੀਤ ਭੈਣਾਂ ਵੱਲੋਂ ਵੀ ਮੁਬਾਰਕਾਂ ਆਈਆਂ ਨੇ ਜੀ ਸੀਮਾ ਜੋਤੀ ਪੂਨਮ ਭਾਬੀਆਂ ਪ੍ਰਵੀਨ ਤੇ ਸੀਰਤ ਇਹਨਾਂ ਸਾਰਿਆਂ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਜੀ ਦੂਰਦਰਸ਼ਨ ਦੇ ਵੱਲੋਂ ਵੀ ਡीडी ਪੰਜਾਬੀ ਦੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਸਿਹਤ ਯਾ ਵੀ ਦੇਵੇ ਚੜ੍ਹਦੀ ਕਲਾ ਬਖਸ਼ੇ ਜਿਹੜੇ ਸੁਪਨੇ ਸੋਚੇ ਨੇ ਉਹ ਸਾਕਾਰ ਹੋਣ ਅਗਲੀ ਤਸਵੀਰ ਹੈ ਸਤਨਾਮ ਸਿੰਘ ਸਤਨਾਮ ਸਿੰਘ ਜੀ ਆਪਣਾ 74ਵਾਂ ਜਨਮ ਦਿਨ ਮਨਾ ਰਹੇ ਨੇ ਬਹੁਤ ਬਹੁਤ ਮੁਬਾਰਕਾਂ ਤੇ ਇਹਨਾਂ ਨੂੰ ਮੁਬਾਰਕਾਂ ਭੇਜਣ ਵਾਲਿਆਂ ਦੇ ਵਿੱਚ ਕਲਵੰਤ ਕੌਰ ਇਹਨਾਂ ਦੇ ਪਤਨੀ ਪੁੱਤਰ ਬਲਜਿੰਦਰਪਾਲ ਸਿੰਘ ਮਨਦੀਪ ਸਿੰਘ ਦਵਿੰਦਰ ਕੌਰ ਰਮਨਦੀਪ ਕੌਰ ਇਹਨਾਂ ਦੀਆਂ ਨੂੰਹਾਂ ਨੇ ਉਹਨਾਂ ਦੇ ਵੱਲੋਂ ਵੀ ਇਹਨਾਂ ਨੂੰ ਮੁਬਾਰਕਾਂ ਆਈਆਂ ਨੇ ਜੀ ਧੀ ਜਵਾਈ ਸੋਨੀਆ ਕਮਲਜੀਤ ਸੰਧੂ ਗੁਰ ਅਰਮਾਨ ਗੁਰਨੂਰ ਗੁਰਨਾਜ਼ ਗੁਰਲੀਨ ਪੁੱਤਰੇ ਤੇ ਪੋਤਰੀਆਂ ਅਨੂਪ੍ਰੀਤ ਤੇ ਤਰੀਮਨ ਸੰਧੂ ਇਹਨਾਂ ਦੇ ਵੱਲੋਂ ਵੀ ਬੱਚਿਆਂ ਵੱਲੋਂ ਵੀ ਮੁਬਾਰਕਾਂ ਆਈਆਂ ਨੇ ਜੀ ਸਤਨਾਮ ਸਿੰਘ ਜੀ ਪਰਮਾਤਮਾ ਤੁਹਾਨੂੰ ਸੇਤਿਆਬੀ ਦੇਵੇ ਤੁਹਾਡਾ ਆਗਲਾ ਪੈਂਡਾ ਵੀ ਜਿਹੜਾ ਹੈ ਬੜੀ ਖੂਬਸੂਰਤੀ ਦੇ ਨਾਲ ਪਰਮਾਤਮਾ ਸਹਾਈ ਹੋਵੇ ਤੇ ਤੁਸੀਂ ਇਸੇ ਤਰ੍ਹਾਂ ਹੀ ਹੱਸਦੇ ਮੁਸਕਰਾਉਂਦੇ ਇਸ ਜ਼ਿੰਦਗੀ ਦਾ ਸਫ਼ਰ ਇਸੇ ਤਰ੍ਹਾਂ ਕੱਟਦੇ ਜਾਓ ਹੰਡਾਉਂਦੇ ਜਾਓ ਪ੍ਰੀਤ ਦੇ ਨਾਲ ਪਿਆਰ ਦੇ ਨਾਲ ਡੀਡੀ ਪੰਜਾਬੀ ਵੱਲੋਂ ਵੀ ਦੂਰਦਰਸ਼ਨ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹਾਂਸਲ ਸਿੰਘ ਆਪਣਾ ਜਨਮ ਦਿਨ ਮਨਾ ਰਹੇ ਨੇ ਜੀ ਇਹ ਵੀ 25 ਅਪ੍ਰੈਲ ਨੂੰ ਆਪਣਾ ਜਨਮ ਦਿਨ ਮਨਾਉਣਗੇ ਇਨਾਂ ਨੂੰ ਮੁਬਾਰਕਾਂ ਭੇਜਣ ਵਾਲਿਆਂ ਦੇ ਵਿੱਚ ਪਤਨੀ ਕੁਲਵੰਤ ਕੌਰ ਧੀ ਜਵਾਈ ਜਗਦੀਪ ਕੌਰ ਪਲਵਿੰਦਰ ਸਿੰਘ ਪੁੱਤਰ ਤੈਨੂੰ ਜਗਰਾਜ ਸਿੰਘ ਜਸਵਿੰਦਰ ਕੌਰ ਚਮਕੌਰ ਸਿੰਘ ਬਲਜੀਤ ਕੌਰ ਇਹਨਾਂ ਨੂੰ ਵਧਾਈ ਦੇ ਰਹੇ ਨੇ ਜਨਮ ਦਿਨ ਦੀ ਪੋਤਾ ਪੋਤੀ ਪਰਮਵੀਰ ਸਿੰਘ ਅਕਾਲਜੋਤ ਕੌਰ ਦੋ ਧੀਆਂ ਅਵਨੀਤ ਕੌਰ ਤੇ ਇਸ਼ਦੀਪ ਕੌਰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜਿੱਦੀ ਪੰਜਾਬੀ ਵੱਲੋਂ ਵੀ ਦੂਰਦਰਸ਼ਨ ਵੱਲੋਂ ਵੀ ਕਿ ਉਸ ਇਤਰਾ ਆਪਣੀ ਇਸ ਖੂਬਸੂਰਤ ਜੀ ਜ਼ਿੰਦਗੀ ਨੂੰ ਉੱਥੋਂ ਲੈ ਕੇ ਹੁਣ ਤੱਕ ਮਾਇਨੇ ਦਿੰਦੇ ਆਏ ਹੋ ਤੇ ਅਗਾਹ ਵੀ ਤੁਹਾਡੀ ਵਾਟ ਜਿਹੜੀ ਹੈ ਉਹ ਮਹਿਕਦੀ ਹੋਵੇ ਅਸੀਂ ਇਹੀ ਦਿਲੋਂ ਦੁਆ ਕਰਦੇ ਆਂ ਮਦਨ ਲਾਲ ਪਰਮਜੀਤ ਗੌਰ ਆਪਣੀ ਜਨਮ ਦਿਨ ਦੀ ਆਪਣੇ ਵਿਆਹ ਦੀ ਵਰੀ ਗੰਢ ਮਨਾ ਰਹੇ ਨੇ ਜੀ 25 ਅਪ੍ਰੈਲ ਨੂੰ 42ਵੀਂ ਐਨੀਵਰਸਰੀ ਹੈ ਜੀ ਇਹਨਾਂ ਦੀ 42 42 ਸਾਲ ਹੋ ਗਏ ਨੇ ਇਹਨਾਂ ਦੇ ਵਿਆਹ ਨੂੰ ਪਰਮਾਤਮਾ ਇਹ ਜੋੜ ਮੇਲੇ ਸਿੱਧਰਾਂ ਇਹਨਾਂ ਦਾ ਬਣਾਈ ਰੱਖੇ ਮੁਬਾਰਕਾਂ ਭੇਜਣ ਵਾਲਿਆਂ ਦੇ ਵਿੱਚ ਬੇਟਾ ਕਮਲਦੀਪ ਕੁਮਾਰ ਰਮਨ ਸੰਗਰ ਇਹਨਾਂ ਦੀਆਂ ਨੂੰਹਾਂ ਰੀਨੂ ਤੇ ਸ਼ੀਤਲ ਬੇਟੀ ਅਨੁਰਾadha ਜਵਾਈ ਰਮਨ ਰਵੀ ਕੁਮਾਰ ਇਹਨਾਂ ਦਾ ਪੋਤਾ ਕੁਨਾਲ ਸਾਗਰ ਵਿਰਾਟ ਸੰਗਰ ਕਬੀਰ ਇਹਨਾਂ ਦੀਆਂ ਪੋਤੀਆਂ ਵੱਲੋਂ ਵੀ ਅਦਿਤੀ ਤਮੰਨਾ ਤੇ ਭਾਵਨਾ ਇਹਨਾਂ ਦੇ ਵੱਲੋਂ ਵੀ ਮੁਬਾਰਕਾਂ ਆਈਆਂ ਨੇ ਆਪਣੇ ਦਾਦਾ ਦਾਦੀ ਲਈ ਨਾਨੂ ਨਾਨੀ ਲਈ ਕਿ ਉਹਨਾਂ ਦਾ ਪਿਆਰ ਦੁਨੀਆ ਦੇ ਉੱਤੇ ਸਭ ਤੋਂ ਵੱਖਰਾ ਤੇ ਸਭ ਤੋਂ ਨਵੇਕਲਾ ਹੁੰਦਾ ਹੈ। ਚਾਹ ਬੜਾ ਹੁੰਦਾ ਹੈ। ਸਭ ਤੋਂ ਜ਼ਿਆਦਾ ਉਸ ਵੇਰੇ ਉੱਠਦਿਆਂ ਸਾਰੀ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਨੇ ਤੇ ਭੱਜ-ਭੱਜ ਕੇ ਜਾਂਦੇ ਨੇ ਉਹਨਾਂ ਨੂੰ ਵਿਸ਼ ਕਰਨ ਲਈ। ਉਹਨਾਂ ਨੂੰ ਇਸ ਮੁਕੱਦਸ ਦਿਹਾੜੇ ਦੀ ਮੁਬਾਰਕਬਾਦ ਦੇਣ ਵਾਸਤੇ, ਉਹਨਾਂ ਦੀਆਂ ਖੁਸ਼ੀਆਂ 'ਚ ਸ਼ਾਮਿਲ ਹੋਣ ਵਾਸਤੇ। ਸਾਡੇ ਵੱਲੋਂ ਵੀ, ਡੀਡੀ ਪੰਜਾਬੀ ਵੱਲੋਂ ਵੀ, ਦੂਰਦਰਸ਼ਨ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ। ਰਿਵਾਂਸ਼ ਮੱਕੜ ਆਪਣਾ ਜਨਮ ਦਿਨ ਮਨਾ ਰਹੇ ਨੇ ਜੀ। 26 ਅਪ੍ਰੈਲ ਨੂੰ ਰਿਵਾਂਜ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜਣ ਵਾਲਿਆਂ ਚ ਸ਼ਾਮਿਲ ਨੇ ਭੂਆ ਫੁੱਫੜ ਇਹਨਾਂ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਜੀ ਮੰਮੀ ਪਾਪਾ ਨੰਦਨੀ ਦੀਪੀ ਵੱਲੋਂ ਤਾਇਆ ਤਾਈ ਵੱਲੋਂ ਤਾਇਆ ਜੀ ਸੋਨੂ ਤਾਈ ਜੀ ਕਿਰਨ ਦਾਦਾ ਦਾਦੀ ਨਾਨਾ ਨਾਨੀ ਮਾਮਾ ਮਮੀ ਭੈਣਾ ਜਨਵੀ ਭਾਵਨਾ ਰੀਆ ਪ੍ਰਿਯੰਕਾ ਕੰਚਨ ਭਰਾ ਪਰਮੋਦ ਨਕਸ਼ ਬੂਆ ਸੁਮਨ ਫੁੱਪੜ ਜੀ ਜਨਕਰਾਜ ਇਹਨਾਂ ਸਾਰਿਆਂ ਦੇ ਵੱਲੋਂ रिवांश मक्कड़ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਆਈਆਂ ਨੇ ਜੀ। ਰਿਵਾंश ਚੜ੍ਹਦੀ ਕਲਾ ਬਖਸ਼ੇ ਪ੍ਰਮਾਤਮਾ ਤੁਹਾਨੂੰ ਸੇਤ ਯਾਵੀ ਦੇਵੇ। ਤੁਸੀਂ ਇਸੇ ਤਰ੍ਹਾਂ ਬੜੀ ਖੂਬਸੂਰਤੀ ਦੇ ਨਾਲ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਤੈਅ ਕਰੋ। ਖੂਬ ਤਰੱਕੀਆਂ ਕਰੋ, ਪੜੋ, ਲਿਖੋ, ਅਫਸਰ ਬਣੋ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰੋ। ਪ੍ਰੋਗਰਾਮ ਚੱਲ ਰਿਹਾ ਜੀ ਐਸ ਵੇਲੇ ਸੁਨੇਹੇ। ਸੁਨੇਹੇ ਦੇ ਵਿੱਚ ਹੁਣ ਇੱਕ ਪਿਆਰ ਦਾ ਸੁਨੇਹਾ, ਇੱਕ ਗੀਤ ਤੁਹਾਡੇ ਵਨ ਆ ਰਿਹਾ ਉਸ ਤੋਂ ਬਾਅਦ ਫਿਰ ਸੁਣੀਏਗਾ ਦਾ سلسلہ ਜਿਹੜਾ ਹੈ ਉਹ ਨੂੰ ਜਾਰੀ ਕਰਾਂਗੇ ਕੈਮਰੇ ਦੀ ਅੱਖ ਵਿੱਚ ਅੱਖ ਪਾਉਣ ਵਾਲਿਆ ਸੂਰਤ ਨੂੰ ਮੂਰਤਾਂ ਬਣਾਉਣ ਵਾਲਿਆ ਕੈਮਰੇ ਦੀ ਅੱਖ ਵਿੱਚ ਅੱਖ ਪਾਉਣ ਵਾਲਿਆ ਕੈਮਰੇ ਨੂੰ ਕਿਹੜਾ ਕਿਚਮੁੰਡੀਆਂ ਮੇਰੀ ਨੱਚਦੀ ਦੀ ਫੋਟੋ ਮੇਰੀ ਨੱਚਦੀ ਦੀ ਫੋਟੋ ਮੇਰੀ ਨੱਚਦੀ ਦੀ ਫੋਟੋ ਕਿਚਮੁੰਡੀਆਂ ਦੇ ਗ੍ਰਾਮ ਸੁਨੇਹੇ ਜਿਹੜੀ ਪੰਜਾਬੀ ਦਾ ਇਹ ਅਜੇਹਾ ਮਕਬੂਲ ਪ੍ਰੋਗਰਾਮ ਹੈ ਜਿਹਨੂੰ ਤੁਸੀਂ ਬੜਾ ਪਿਆਰ ਕਰਦੇ ਹੋ ਬੜੀ ਮੁਹੱਬਤ ਕਰਦੇ ਹੋ ਆਪਣਿਆਂ ਦੇ ਸੁਨੇਹੇ ਇਹਦੇ ਵਿੱਚ ਲੁਕੇ ਹੁੰਦੇ ਨੇ ਜਿਹੜੇ ਪਹੁੰਚਦੇ ਨੇ ਆਪਣਿਆਂ ਤੀਕ ਜਦੋਂ ਵੀ ਕਿਸੇ ਨੂੰ ਅਸੀਂ ਖੁਸ਼ੀ ਦੇ ਵਿੱਚ ਸ਼ਰੀਕ ਹੋ ਕੇ ਅਸੀਂ ਸਾਹ ਦੁਆਵਾਂ ਕੱਲਦੇ ਆ ਉਹਦੇ ਨਾਲ ਜਿਹੜਾ ਅਗਲੇ ਪਾਸੇ ਤੁਹਾਡੀਆਂ ਅਸੀਸਾਂ ਤੇ ਦੁਆਵਾਂ ਨੂੰ ਕਬੂਲ ਕਰ ਰਿਹਾ ਹੁੰਦਾ ਉਹ ਉਹਦੇ ਪੈਰ ਨਹੀਂ ਲੱਗ ਰਹੇ ਹੁੰਦੇ ਧਰਤੀ ਤੇ ਉਹ ਨੱਚ ਦਾ ਫਾਵਾ ਹੋਇਆ ਫਿਰਦਾ ਤੇ ਜੇ ਕਿਤੇ ਤੁਸੀਂ ਭੁੱਲ ਜਾਓ ਕਿਸੇ ਨੂੰ ਵਿਸ਼ ਕਰਨਾ ਜਾਂ ਉਹਦੇ ਜਨਮ ਦਿਨ ਵਾਲੇ ਦਿਨ ਜਾਂ ਵਰੀ ਗੰਡ ਤੇ ਵਿਆਹ ਦੀ ਵਰੀ ਗੰਡ ਤੇ ਮੁਬਾਰਕਬਾਦ ਭੇਜਣੀ ਕਿਤੇ ਖੁੰਝ ਜਾਓ ਤੇ ਫਿਰ ਉਸ ਤੋਂ ਬਾਅਦ ਇੱਕ ਸਾਲ ਦਾ ਲੰਮਾ ਸਮਾਂ ਤੁਹਾਨੂੰ ਯਾਦਾਂ ਦੇ ਵਿੱਚ ਨਿਹੋਰੀਆਂ ਦੇ ਵਿੱਚ ਥੋੜੀ ਜਿਹੀ ਨਾਰਾਜ਼ਗੀ ਦੇ ਵਿੱਚ ਇਹ ਕੱਟਣਾ ਪੈਂਦਾ ਹੈ ਤੈਅ ਕਰਨਾ ਪੈਂਦਾ ਹੈ ਤੇ ਫਿਰ ਇੱਕ ਸਾਲ ਬਾਅਦ ਤੁਹਾਨੂੰ ਦੁਬਾਰਾ ਮੌਕਾ ਮਿਲਦਾ ਉਹ ਆਪਣੀ ਪਿਛਲੀ ਕੀਤੀ ਹੋਈ ਥੋੜੀ ਜਿਹੀ ਜਿਹੜੀ ਨਿੱਕੀ ਜਿਹੀ ਭਾਵੇਂ ਜਾਣੇ ਜਾਂ ਜਾਣੇ ਦੇ ਵਿੱਚ ਹੀ ਐ ਉਹ ਗਲਤੀ ਕੀਤੀ ਹੋਵੇ ਤੇ ਉਹਨੂੰ ਸੁਧਾਰਨ ਦਾ ਪਰ ਇਦਾਂ ਬਹੁਤ ਘੱਟ ਜਣਿਆ ਨਾ ਹੁੰਦਾ ਕਿਉਂਕਿ ਅਸੀਂ ਅੱਜਕੱਲ ਤਕਨੀਕੀ ਯੁੱਗ ਦੇ ਵਿੱਚ ਐਨੇ ਕ ਮਾਹਰ ਹੋ ਚੁੱਕੇ ਆ ਰੁਝੇਵਿਆਂ 'ਚ ਭਾਵੇਂ ਬਹੁਤ ਆ ਪਰ ਅਸੀਂ ਆਪਣੇ ਉਸ 스마트 ਗੈਜਟ ਨੂੰ ਬਹੁਤ ਵੱਖਰੇ ਵੱਖਰੇ ਯਾਦ ਕਰਨ ਯੋਗ ਚੀਜ਼ਾਂ ਰਿਮਾਈਂਡਰ ਦਿੱਤੇ ਹੋਏ ਨੇ ਜਿਨ੍ਹਾਂ ਦੇ ਨਾਲ ਸਾਨੂੰ ਆਪਣੇ ਨਿਕਦੇ ਸਾકા ਸਬੰਧੀਆਂ ਦੇ ਜਿਹੜੇ ਸੁਨੇਹੇ ਆ ਉਹ ਸਾਡੇ ਤੀਕ ਪਹੁੰਚਦੇ ਨੇ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਅੱਜ ਅਸੀਂ ਕਿੰਨੂੰ ਵਿਸ਼ ਕਰਨਾ ਹੈ ਸੋ ਅਗਲਾ ਸਿਲਸਿਲਾ ਜਿਹੜਾ ਹੁਣ ਸੁਨੇਹਿਆਂ ਦਾ ਉਹਨੂੰ ਅੱਗੇ ਵਧਾਉਨੇ ਆ ਸਾਹਿਬ ਸਿੰਘ ਆਪਣਾ ਜਨਮ ਦਿਨ ਮਨਾ ਰਹੇ ਨੇ ਜੀ 26 April ਨੂੰ ਸਾਹਿਬ ਸਿੰਘ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜਣ ਵਾਲਿਆਂ ਚ ਦਾਦਾ ਕੁਲਦੀਪ ਸਿੰਘ ਦਾਦੀ ਕੁਲਜੀਤ ਕੌਰ ਨਾਨੀ ਜੀ ਨਾਨਾ ਜੀ ਅਵਤਾਰ ਸਿੰਘ ਨਾਨੀ ਮਨਜੀਤ ਕੌਰ मामੂ ਜੰਗਜੀਤ ਸਿੰਘ ਮੰਮੀ ਰਵਿੰਦਰ ਕੌਰ ਪਾਪਾ ਬਲਜੀਤ ਸਿੰਘ ਚਾਚੂ ਗੁਰਦੀਪ ਸਿੰਘ ਚਾਚੀ ਦਵਿੰਦਰ ਕੌਰ ਭੂਆ ਜੀ ਰਜਿੰਦਰ ਕੌਰ ਫੁੱਫੜ ਜੀ ਕਰਮਵੀਰ ਸਿੰਘ ਪ੍ਰਾ ਮਨਜੋਤ ਸਿੰਘ ਮਿਹਰਦੀਪ ਸਿੰਘ ਤੇ ਅਗੰਦੀਪ ਸਿੰਘ ਗੁਰਸਿਮਰ ਕੌਰ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਆਈਆਂ ਨੇ ਜੀ ਸਾਹਿਬ ਸਿੰਘ ਜੀ ਤੁਹਾਨੂੰ ਡੀਡੀ ਪੰਜਾਬੀ ਵੱਲੋਂ ਵੀ ਦੂਰਦਰਸ਼ਨ ਵੱਲੋਂ ਵੀ ਬਹੁਤ ਸਾਰੀਆਂ ਮੁਬਾਰਕਾਂ ਤੁਸੀਂ ਇਸੇ ਤਰ੍ਹਾਂ ਹੀ ਹੱਸਦੇ ਮੁਸਕਰਾਉਂਦੇ ਰਹੋ ਪਿਆਰ ਮੁਹੱਬਤ ਤੁਹਾਨੂੰ ਇਸੇ ਤਰ੍ਹਾਂ ਮਿਲਦਾ ਰਹੇ ਵੱਡੇ ਹੋ ਕੇ ਖੂਬ ਤਰੱਕੀਆਂ ਕਰੋ ਪ੍ਰਮਾਤਮਾ ਤੁਹਾਨੂੰ ਸਿਹਤ-ਯਾਬੀ ਦੇਵੇ ਬਲਜਿੰਦਰਪਾਲ ਸਿੰਘ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਨੇ ਜੀ 26 ਅਪ੍ਰੈਲ ਨੂੰ ਇਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜਣ ਵਾਲਿਆਂ ਦੇ ਵਿੱਚ ਸ਼ਾਮਿਲ ਨੇ ਮਾਤਾ ਪਿਤਾ ਕੁਲਵੰਤ ਕੌਰ ਸਤਨਾਮ ਸਿੰਘ ਪਤਨੀ ਦਵਿੰਦਰ ਕੌਰ ਗੁਰ ਅਰਮਾਨ ਸਿੰਘ ਤੇ ਗੁਰਨੂਰ ਸਿੰਘ ਇਹਨਾਂ ਦੇ ਬੇਟੇ ਉਹਨਾਂ ਦੇ ਵੱਲੋਂ ਵੀ ਮੁਬਾਰਕਾਂ ਆਈਆਂ ਨੇ ਭਤੀਜਾ ਭਤੀਜੀ ਗੁਰਨਾਥ ਸਿੰਘ ਗੁਰਲੀਨ ਕੌਰ ਭਰਾ ਪਰਜਾਈ ਮਨਦੀਪ ਸਿੰਘ ਰਮਨਦੀਪ ਕੌਰ ਇਹਨਾਂ ਦੇ ਵੱਲੋਂ ਵੀ ਬਲਜਿੰਦਰਪਾਲ ਸਿੰਘ ਜੀ ਨੂੰ ਮੁਬਾਰਕਾਂ ਆਈਆਂ ਨੇ ਜੀ ਬਲਜਿੰਦਰ ਸਿੰਘ ਜੀ ਤੁਹਾਨੂੰ ਦੂਰਦਰਸ਼ਨ ਦੇ ਵੱਲੋਂ ਵੀ ਡीडी ਪੰਜਾਬੀ ਦੇ ਵੱਲੋਂ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਸਿਹਤ ਯਾਗੀ ਦੇਵੇ ਚੰਗੀ ਸਿਹਤ ਮਾਣਦੇ ਰਹੋ ਤੇ ਇਸੇ ਤਰ੍ਹਾਂ ਜ਼ਿੰਦਗੀ ਦੇ ਕਈ ਸਫ਼ਰ ਜਿਹੜੇ ਹਲੇ ਹੋਰ ਤੈਅ ਕਰਨੇ ਨੇ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਅਵਤਾਰ ਸਿੰਘ ਸੁਨੀਤਾ ਆਪਣੇ ਵਿਆਹ ਦੀ ਵਰੇਗੰਡ ਮਨਾ ਰਹੇ ਨੇ ਜੀ 26 ਅਪ੍ਰੈਲ ਨੂੰ ਇਹਨਾਂ ਨੂੰ ਮੁਬਾਰਕਾਂ ਭੇਜਣ ਵਾਲਿਆਂ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਦਰਸ਼ਨਕੌਰ ਗੁਰਚਰਨ ਦਾਸ ਭੈਣ ਕਮਲੀਸ਼ ਰਾਣੀ ਭਰਾ ਪ੍ਰਦੀਪ ਬਦਨ ਪਤੀਜਾ ਨਵਦੀਪ ਸਿੰਘ ਤੇ ਸਾਰੇ ਪਰਿਵਾਰ ਵੱਲੋਂ ਇਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਆਈਆਂ ਨੇ ਜੀ ਅਵਤਾਰ ਸਿੰਘ ਸੁਨੀਤਾ ਤੁਹਾਨੂੰ ਵਿਆਹ ਦੀ ਵਰੇਗੰਡ ਬਹੁਤ-ਬਹੁਤ ਮੁਬਾਰਕ ਡੀਡੀ ਪੰਜਾਬੀ ਵੱਲੋਂ ਦੂਰਦਰਸ਼ਨ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਜੈ ਪ੍ਰਤਾਪ ਸਿੰਘ ਆਪਣਾ ਜਨਮ ਦਿਨ ਮਨਾਉਣਗੇ ਜੀ 27 April ਵਾਲੇ ਦਿਨ ਜੈ ਪ੍ਰਤਾਪ ਜੀ ਨੂੰ ਮੁਬਾਰਕਾਂ ਭੇਜੀਆਂ ਨੇ ਨਾਨਕੇ ਪਰਿਵਾਰ ਵੱਲੋਂ ਨਾਨੂ ਜੀ ਜਰਨੈਲ ਸਿੰਘ ਗਿੱਲ ਮਾਮੂ ਨਰਵੰਤ ਸਿੰਘ ਅਮਨਿੰਦਰ ਸਿੰਘ ਗਿੱਲ ਭਰਾ ਸੈਮੀ ਅਰਸ਼ਦੀਪ ਅੰਗਦਬੀਰ ਅੰਮ੍ਰਿਤਪਾਲ ਭਗਵਾਨ ਦਿਲਜੀਤ ਪਵਨ ਅੰਗਰੇਜ਼ ਵਿਕਰਮ ਭੈਣ ਕੋਮਲ ਮਾਸੀ ਰਾਜਵੀਰ ਕੌਰ ਪਿਆਰਾ ਸਿੰਘ ਤਾਈ ਤਾਇਆ ਜੀ ਦਰਸ਼ਨ ਸਿੰਘ ਦਿਆਲ ਸਿੰਘ ਗੁਰਮੁਖ ਸਿੰਘ ਪਪਾ ਗੁਰਨਾਮ ਸਿੰਘ ਤੇ ਮੰਮੀ ਮਲਕੀਤ ਕੌਰ ਇਹਨਾਂ ਸਾਰਿਆਂ ਦੇ ਵੱਲੋਂ ਜੈ ਪ੍ਰਤਾਪ ਸਿੰਘ ਨੂੰ ਜਨਮ ਦੇਣ ਦੀ ਬਹੁਤ-ਬਹੁਤ ਮੁਬਾਰਕਾਂ ਜੈ ਪ੍ਰਤੀਪ ਪ੍ਰਤਾਪ ਤੁਸੀਂ ਇਸ ਤਸਵੀਰ ਦੇ ਵਿੱਚ ਬਹੁਤ ਸੋਹਣੇ ਲੱਗ ਰਹੇ ਹੋ ਪ੍ਰਮਾਤਮਾ ਤੁਹਾਨੂੰ ਸਿਹਤ-ਯਾਬੀ ਦੇਵੇ ਤੁਸੀਂ ਇਸੇ ਤਰ੍ਹਾਂ ਹੱਸਦੇ ਮੁਸਕਰਾਉਂਦੇ ਰਹੋ ਸਾਡੇ ਵੱਲੋਂ ਡीडी ਪੰਜਾਬੀ ਵੱਲੋਂ ਦੂਰਦਰਸ਼ਨ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਯਸ਼ਮੀਨ ਕੌਰ ਕੰਬੋਜ ਬੜੀ ਪਿਆਰੀ ਜੀ ਤਸਵੀਰ ਵੀ ਹੈ ਤੇ ਆਪ ਵੀ ਬਹੁਤ ਹੀ ਪਿਆਰੀ ਹੈ। ਯਸ਼ਮੀਨ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ। ਪਿਤਾ ਗੁਰਪ੍ਰੀਤ ਕੰਬੋਜ, ਮਾਤਾ ਨੀਰਜ ਚੌਧਰੀ, ਦਾਦਾ-ਦਾਦੀ ਬਲਦੇਵ ਸਿੰਘ, ਜਸਬੀਰ ਕੌਰ, ਭੂਆ ਤੇ ਫੂਫੜ ਜੀ, ਮਨਪ੍ਰੀਤ ਕੌਰ ਕੰਬੋਜ ਐਂਡ ਫੈਮਿਲੀ, ਨਾਨਾ-ਨਾਨੀ, ਮਾਸੀ ਜੀ, ਮਾਮੀ ਜੀ, ਮਾਮਾ ਜੀ ਸਰਵਨ ਸਿੰਘ, ਸੀਤਲ, ਨਿਸ਼ੂ ਤੇ ਗੌਰਵ। ਇਹਨਾਂ ਸਾਰਿਆਂ ਦੇ ਵੱਲੋਂ ਯਸ਼ਮੀਨ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਯਸ਼ਮੀਨ ਵੱਡੀ ਹੋ ਕੇ ਖੂਬ ਪੜੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰੇ ਬਹੁਤ ਸਿਆਣੀ ਤੇ ਬੀਬੀ ਧੀ ਬਣੇ ਇਹਦੇ ਨਾਲ ਡीडी ਪੰਜਾਬੀ ਵੱਲੋਂ ਤੇ ਦੂਰਦਰਸ਼ਨ ਦੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਮਨਦੀਪ ਕੌਰ ਆਪਣਾ ਜਨਮ ਦਿਨ ਮਨਾ ਰਹੇ ਨੇ ਜੀ 7 ਅਪ੍ਰੈਲ ਨੂੰ ਮਨਦੀਪ ਕੌਰ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜਣ ਵਾਲਿਆਂ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਫਰੈਂਡਸ ਸਾਥੀਆਂ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਗੁਰਪ੍ਰੀਤ ਕੌਰ ਰਿਤਿਕਾ ਕਸ਼ਪ ਰਿਤਿਕਾ ਸਰਾੰਗਲ ਰਾਧਾ ਸ਼ਰਮਾ ਗੁਰਜੀਤ ਕੌਰ ਨਵਨੀਤ ਕੌਰ ਇਹਨਾਂ ਦੇ ਪਰਿਵਾਰ ਵੱਲੋਂ ਵੀ ਮੁਬਾਰਕਾਂ ਆਈਆਂ ਨੇ ਜੀ ਮਨਦੀਪ ਕੌਰ ਨੂੰ ਮਨਦੀਪ ਕੌਰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਡੀਡੀ ਪੰਜਾਬੀ ਵੱਲੋਂ ਵੀ ਦੂਰਦਰਸ਼ਨ ਦੇ ਵੱਲੋਂ ਵੀ ਤੁਸੀਂ ਇਸੇ ਤਰ੍ਹਾਂ ਹੱਸਦੇ ਮੁਸਕਰਾਉਂਦੇ ਜ਼ਿੰਦਗੀ ਦਾ ਸਫ਼ਰ ਤੈਅ ਕਰੋ ਪਰਮਾਤਮਾ ਤੁਹਾਨੂੰ ਕਾਮਯਾਬੀਆਂ ਦੇਵੇ ਚੜ੍ਹਦੀ ਕਲਾ ਵਿੱਚ ਰਹੇ ਬਲਵਿੰਦਰ ਕੌਰ ਬਲਵਿੰਦਰ ਕੌਰ ਜੀ ਆਪਣਾ ਜਨਮ ਦਿਨ ਮਨਾਉਣਗੇ ਜੀ ਇਹ ਵੀ 27 ਅਪ੍ਰੈਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ ਨੇ ਪਤੀ ਸਰਦਾਰ ਗੋਪਾਲ ਸਿੰਘ ਢਿੱਲੋਂ ਬੇਟਾ ਕਰਨਬੀਰ ਸਿੰਘ ਢਿੱਲੋਂ ਨੂੰ ਜਸਪ੍ਰੀਤ ਕੌਰ ਢਿੱਲੋਂ ਤੇ ਬੈਣੀਪਾਲ ਪਰਿਵਾਰ ਵੱਲੋਂ ਪਨਾਗ ਪਰਿਵਾਰ ਵੱਲੋਂ ਟਿਵਾਣਾ ਪਰਿਵਾਰ ਵੱਲੋਂ ਗਿੱਲ ਝੱਲੀ ਪਰਿਵਾਰ ਵੱਲੋਂ ਇਹਨਾਂ ਸਾਰਿਆਂ ਦੇ ਵੱਲੋਂ ਬਲਵਿੰਦਰ ਕੌਰ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਆਈਆਂ ਨੇ ਪ੍ਰਮਾਤਮਾ ਤੁਹਾਨੂੰ ਸਿਹਤ ਯਾ삐 ਦੇਵੇ ਤੇ ਤੁਹਾਡੇ ਸੁਪਨੇ ਸাকার ਹੋਣ ਦੂਰਦਰਸ਼ਨ ਦੇ ਵੱਲੋਂ ਵੀ ਡੀਡੀ ਪੰਜਾਬੀ ਦੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਵਿਕਰਾਂਤ ਮਹਿਤਾ ਪੂਜਾ ਮਹਿਤਾ ਆਪਣੇ ਵਿਆਹ ਦੀ 13ਵੀਂ ਵਰੇਗੰਢ ਮਨਾ ਰਹੇ ਨੇ ਇਹਨਾਂ ਨੂੰ ਮੁਬਾਰਕਾਂ ਭੇਜਣ ਵਾਲਿਆਂ ਦੇ ਵਿੱਚ ਪਾਪਾ ਦਾਦੂ ਦਾਦੀ ਮਾਂ ਇਹਨਾਂ ਦੀਆਂ ਬੇਟੀਆਂ ਨਿਹਾਰਿਕਾ ਰੂਹਾਨਿਕਾ ਇਹਨਾਂ ਦੇ ਵੱਲੋਂ ਮੁਬਾਰਕਾਂ ਆਈਆਂ ਨੇ ਜੀ ਜੋੜੀਆਂ ਜਗ ਥੋੜੀਆਂ ਨਰੜ ਬਥੇਰੇ ਇਹ ਜੋੜੀਆਂ ਪਰਮਾਤਮਾ ਉਤੋਂ ਬਣਾ ਕੇ ਭੇਜਦਾ ਹੈ ਤੁਹਾਡਾ ਸਾਥ ਜਿਹੜਾ ਹੈ ਤੁਹਾਡੀ ਸੋਚ ਤੇ ਇੱਕ ਦੂਸਰੇ ਦੇ ਪ੍ਰਤੀ ਪਿਆਰ ਤੇ ਸਮਰਪਣ ਤੁਹਾਡੇ ਉਸ ਰਿਸ਼ਤੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਦਿੰਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਵਿਆਹ ਨੂੰ 25 ਸਾਲ ਹੋ ਗਏ ਕਦੋਂ 35 ਸਾਲ ਹੋ ਗਏ ਤੇ ਕਦੋਂ 55 ਸਾਲ ਹੋ ਗਏ ਸੋ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਤੁਸੀਂ ਇਸੇ ਤਰ੍ਹਾਂ ਇੱਕ ਦੂਸਰੇ ਦੇ ਨਾਲ ਹੱਸਦੇ ਮੁਸਕਰਾਉਂਦੇ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਦੇ ਜਾਓ ਬਹੁਤ-ਬਹੁਤ ਮੁਬਾਰਕਾਂ ਡੀਡੀ ਪੰਜਾਬੀ ਵੱਲੋਂ ਵੀ ਦੂਰਦਰਸ਼ਨ ਵੱਲੋਂ ਵੀ ਡੌਲੀ ਆਪਣਾ ਜਨਮ ਦਿਨ ਮਨਾ ਰਹੇ ਨੇ ਜੀ 28 April ਨੂੰ ਡੌਲੀ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ ਨੇ ਉਹਨਾਂ ਦੇ ਪਤੀ ਸੰਦੀਪ ਕੁਮਾਰ ਬੇਟਾ ਸ਼ਵਾਨਜ ਪਿਤਾ ਲੇਖਰਾਜ ਤੇ ਮਾਤਾ ਅੰਮ੍ਰਿਤਾ ਕੌਰ ਭਰਾ ਸੰਦੀਪ ਸਿੰਘ ਭਾਬੀ ਜੋਤੀ ਨਨਦ ਸੁਨੀਤਾ Kusum ਤੇ ਜੋਤੀ ਤੇ ਨੰਦੋਈਏ ਯਾਨੀ ਕਿ ਉਹਨਾਂ ਦੇ ਪਤੀ ਗੁਰਵਿੰਦਰ ਵਿਜੇ ਤੇ ਸੰਦੀਪ ਇਹਨਾਂ ਦੇ ਵੱਲੋਂ ਵੀ ਮੁਬਾਰਕਾਂ ਆਈਆਂ ਨੇ ਜੀ ਡੌਲੀ ਜੀ ਨੂੰ ਡੋਲੀ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਜਨਮ ਦਿਨ ਦੀਆਂ ਦੂਰਦਰਸ਼ਨ ਦੇ ਵੱਲੋਂ ਵੀ ਡीडी ਪੰਜਾਬੀ ਵੱਲੋਂ ਵੀ ਜਨਮ ਦਿਨ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਦੀ ਨਾਲ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਚੰਗੀ ਸਿਹਤ ਦੇਵੇ ਇਹੀ ਅਸੀਂ ਦਿਲੋਂ ਦੁਆ ਕਰਦੇ ਹਾਂ ਬਲਜੀਤ ਕੌਰ ਜੀ ਜਨਮ ਦਿਨ ਮਨਾ ਰਹੇ ਨੇ ਜੀ 29 April ਨੂੰ ਬਲਜੀਤ ਕੌਰ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ ਨੇ ਪਤੀ ਪਰਮਵੀਰ ਸਿੰਘ ਬੇਟਾ ਵੰਸ਼ਦੀਪ ਸਿੰਘ ਬੇਟੀ ਮੰਨਤਦੀਪ ਕੌਰ ਸੋਰਾ ਤਰਵਿੰਦਰ ਸਿੰਘ ਤੇ ਸੱਸ ਗੁਰਸ਼ਰਨ ਕੌਰ ਦੇਵਰ ਨਰਿੰਦਰਵੀਰ ਸਿੰਘ ਨਨਾਨ ਰਾਜਵੀਰ ਕੌਰ ਨੰਦੋਇਆ ਹਰਦੀਪ ਸਿੰਘ ਭਾਣਜੀ ਗੁਰਪ੍ਰੀਤ ਸਿੰਘ ਪ੍ਰਪ੍ਰੀਤ ਸਿੰਘ ਭਾਣਜੀ ਹਰਗੁਣਪ੍ਰੀਤ ਕੌਰ ਮਾਤਾ ਬਲਬੀਰ ਕੌਰ ਇਹਨਾਂ ਸਾਰਿਆਂ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਆਈਆਂ ਨੇ ਜੀ ਬਲਜੀਤ ਕੌਰ ਜੀ ਨੂੰ ਦੂਰਦਰਸ਼ਨ ਦੇ ਵੱਲੋਂ ਵੀ ਡीडी ਪੰਜਾਬੀ ਵੱਲੋਂ ਵੀ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੰਗੀ ਸਿਹਤ ਦੇਵੇ ਕਾਮਯਾਬੀ ਦੇਵੇ ਸਨੇਹੀ ਪ੍ਰੋਗਰਾਮ ਆਪਣਿਆਂ ਦੇ ਸਨੇਹੀ ਆਪਣਿਆਂ ਦੀਕ ਆਓ ਜੀ ਤੁਹਾਨੂੰ ਇੱਕ ਗੀਤ ਦੇ ਨਾਲ ਜੋੜਦੇ ਹਾਂ ਫਿਰ ਤੋਂ ਸਨੇਹਾ ਦਾ ਸਿਲਸਿਲਾ ਗੀਤ ਤੋਂ ਬਾਅਦ ਫਿਰ ਜਾਰੀ ਕਰਾਂਗੇ ਦਿਨ ਰੋਜ਼ ਨਯੋਂ ਦੇ ਚਾਵਾਂ ਦੇ ਸੰਗੜੇ ਨਾ ਜਿਹੜੇ ਲਾਉਂਦੇ ਨੇ ਪਲ ਜੀਣ ਦਾ ਨਜ਼ਾਰਾ ਉਹ ਪਾਉਂਦੇ ਨੇ ਗਮ ਜ਼ਿੰਦਗੀ ਚੋ ਹੱਸ ਹੱਸ ਸੋਖ ਲੋ ਪਹਿਲਾਂ ਨੱਚੀਏ ਨੱਚੀਏ ਬਾਕੀ ਦੇ ਕੰਮ ਰੋਕ ਲੋ ਪਹਿਲਾਂ ਨੱਚੀਏ ਨੱਚੀਏ ਬਾਕੀ ਦੇ ਕੰਮ ਰੋਕ ਲੋ ਪ੍ਰੋਗਰਾਮ ਸੁਨੇਹੇ ਆਪਣੇਆਂ ਦੇ ਸਨੇਹੇ ਆਪਣੇ ਆਤੀਕ ਇਹੋ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ ਜਨਮ ਦਿਨ ਦੀ ਮੁਬਾਰਕਬਾਦ ਦਿੰਦੇ ਹੋ ਵਿਆਹ ਦੀ ਬਰੇਗੰਡ ਦੀ ਮੁਬਾਰਕਬਾਦ ਦਿੰਦੇ ਹੋ ਆਪਣੀ ਖੁਸ਼ੀ ਜਿਹੜੀ ਹੈ ਉਹ ਦੂਜਿਆਂ ਤੀਕ ਪਹੁੰਚਾਉਨੇ ਹੋ ਉਹਨਾਂ ਦੇ ਨਾਲ ਸਾਂਝੀ ਕਰਦੇ ਹੋ ਇੱਕ ਵਾਰੀ ਫੇਰ ਇੱਕ ਛੋਟੀ ਜਿਹੀ ਗੁਜ਼ਾਰਿਸ਼ ਤੁਹਾਨੂੰ ਦੁਬਾਰਾ ਕਰ ਦਿੰਦੇ ਆ ਜਦੋਂ ਵੀ ਤੁਸੀਂ ਸਾਨੂੰ ਈਮੇਲ ਭੇਜਦੇ ਹੋ ਤੇ ਤਿੰਨ ਚਾਰ ਈਮੇਲ ਨਾ ਭੇਜਿਆ ਕਰੋ ਇੱਕੋ ਈਮੇਲ ਦੇ ਵਿੱਚ ਹੀ ਤੁਸੀਂ ਵਧਾਈਆਂ ਵੀ ਨਾਮ ਵੀ ਫੋਟੋ ਵੀ ਤੇ ਆਪਣਾ ਫੋਨ ਨੰਬਰ ਇਹ ਸਾਰਾ ਕੁਝ ਉਹਦੇ ਵਿੱਚ ਭੇਜ ਦਿਆ ਕਰੋ ਫੋਨ ਨੰਬਰ ਜ਼ਰੂਰ ਲਿਖਿਆ ਕਰੋ ਕਿਉਂਕਿ ਜੇ ਅੱਜ ਥੋੜੇ ਜਿ ਸੁਨੇਹੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਕਰ ਸਕੇ ਉਹਦੇ ਪਿੱਛੇ ਕਾਰਨ ਇਹ ਸੀ ਕਿ ਕੁਝ ਨਾਂ ਅਜਿਹੇ ਸੀ ਜਿਨ੍ਹਾਂ ਨੂੰ ਤੁਸੀਂ ਲਿਖਦੇ ਕੁਝ ਹੋਰ ਤਰੀਕੇ ਨਾਲ ਉਹ ਸਾਡੇ ਤੱਕ ਪਹੁੰਚਦੇ ਨੇ ਤੇ ਸਾਨੂੰ ਲੱਗਾ ਕਿ ਇਹ ਨਾਮ ਜਿਹੜੇ ਨੇ ਉਹ ਇਸ ਤਰ੍ਹਾਂ ਨਹੀਂ ਹੋਣੇ ਚਾਹੀਦੇ ਕੁਝ ਦੀਆਂ ਤਸਵੀਰਾਂ ਦੇ ਕਾਰਨ ਉਹਨਾਂ ਦੇ ਸੁਨੇਹੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਤਸਵੀਰ ਜਿਹੜੀ ਹੈ ਉਹਨੂੰ ਕੱਟ ਕੇ ਕਿਤੇ ਕੋਪੀ ਪੇਸਟ ਕਰਕੇ ਨਾ ਭੇਜਿਆ ਕਰੋ ਤੇ ਇਹ ਕੋਸ਼ਿਸ਼ ਕਰਿਆ ਕਰੋ ਕਿ ਪ੍ਰੋਫਾਈਲ ਜਿਹੜੀ ਹੈ ਉਹ ਇੱਕ ਤਸਵੀਰ ਜੇ ਇੱਕ ਜਨਮ ਦੇ ਨਾ ਤੇ ਇੱਕ ਸਿੰਗਲ ਪ੍ਰੋਫਾਈਲ ਜਿਹੜੀ ਹੈ ਉਹ ਫੋਟੋ ਸਾਡੇ ਤੱਕ ਕਲੀਅਰ ਭੇਜਿਆ ਕਰੋ ਜਦੋਂ ਤੁਸੀਂ ਵਿਆਹ ਦੀ ਵਰੇ ਗੰਡ ਦੀ ਤਸਵੀਰ ਭੇਜਦੇ ਹੋ ਤੇ ਸਿਰਫ ਦੋ ਜਣੇ ਉਹਨਾਂ ਦੀ ਤਸਵੀਰ ਭੇਜਿਆ ਕਰੋ ਇਹ ਨਹੀਂ ਕਿ ਉਹ ਤਸਵੀਰ ਦੇ ਵਿੱਚ ਜਿਹੜੇ ਦੋ ਜਣੇ ਨੇ ਇੱਕ ਤਸਵੀਰ ਤੁਸੀਂ ਕਿਤੇ ਹੋਰੋਂ ਚੁੱਕੀ ਦੂਸਰੇ ਦੀ ਕਿਤੇ ਹੋਰੋਂ ਤੇ ਉਹਨੂੰ ਕਾਪੀ ਪੇਸਟ ਕਰਕੇ ਇੱਕ ਤਸਵੀਰ ਬਣਾ ਕੇ ਤੁਸੀਂ ਸਾਡੇ ਤੱਕ ਭੇਜ ਦਿੰਦੇ ਹੋ ਪਹਿਲਾਂ ਵਾਲੀ ਗੱਲ ਫੇਰ ਦੁਬਾਰਾ ਦੱਸ ਰਹੀ ਹਾਂ ਕਿ ਉਹਦੇ ਨਾਲ ਵਸਾਰਤ ਨਹੀਂ ਕੀਤੀ ਜਾ ਸਕਦੀ ਤੁਹਾਡੇ ਟੀਕ ਟੀਵੀ ਸਕਰੀਨ ਦੇ ਉੱਤੇ ਉਹ ਤਸਵੀਰ ਜਿਹੜੀ ਹੈ ਉਹ ਖੂਬਸੂਰਤੀ ਦੇ ਨਾਲ ਵਧੀਆ ਢੰਗ ਦੇ ਨਾਲ ਤੁਹਾਡੇ ਟੀਕ ਨਹੀਂ ਪਹੁੰਚਦੀ ਸੋ ਇਸ ਕਰਕੇ ਤੁਸੀਂ ਜਦੋਂ ਸਾਨੂੰ ਸੁਨੇਹੇ ਭੇਜਦੇ ਹੋ ਇਹਨਾਂ ਗੱਲਾਂ ਦਾ ਥੋੜਾ ਜਿਹਾ ਖਿਆਲ ਜ਼ਰੂਰ ਕਰਿਆ ਕਰੋ ਅਗਲੀ ਤਸਵੀਰ ਹੈ ਜੀ ਹੁਣ ਇਹ ਨਾਮ ਸਾਡੇ ਕੋਲ ਜੋ ਆਇਆ ਤੁਸੀਂ ਤੁਹਾਡੇ ਵੱਲੋਂ ਜਿਹੜਾ ਲਿਖਿਆ ਹੋਇਆ ਹੈ ਉਹ ਹੈ ਸ਼ੁਭੇਗ ਸਿੰਘ ਪਰ ਅਸੀਂ ਇਹਨੂੰ ਸੁਵੇਕ ਸਿੰਘ ਪੜ ਰਹੇ ਆ ਇਹ ਸਾਡੇ ਵੱਲੋਂ ਕੀਤੀ ਗਈ ਕਰੈਕਸ਼ਨ ਹੈ ਸੁਵੇਕ ਸਿੰਘ ਜਨਮ ਦਿਨ ਮਨਾ ਰਹੇ ਨੇ ਜੀ 29 ਅਪ੍ਰੈਲ ਨੂੰ ਸੁਵੇਕ ਸਿੰਘ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜਣ ਵਾਲਿਆਂ ਦੇ ਵਿੱਚ ਮਾਤਾ ਪਿਤਾ ਰਾਜਵੰਤ ਕੌਰ सुरेंद्र ਸਿੰਘ ਪਤਨੀ ਜਸਬੀਰ ਕੌਰ ਬੇਟਾ ਯੁੱਧਵੀਰ ਸਿੰਘ ਬੇਟੀ ਲక్ష్ਦੀਪ ਕੌਰ ਭਰਾ ਸਾਰਜ ਸਿੰਘ ਨਾਨਕੇ ਤੇ ਸਹੁਰੇ ਪਰਿਵਾਰ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਆਈਆਂ ਨੇ ਜੀ ਸੁਭੇਕ ਸਿੰਘ ਜੀ ਨੂੰ ਸਾਡੇ ਵੱਲੋਂ ਡीडी ਪੰਜਾਬੀ ਵੱਲੋਂ ਦੂਰਦਰਸ਼ਨ ਵੱਲੋਂ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਪਰਮਾਤਮਾ ਤੁਹਾਨੂੰ ਚੰਗੀ ਸਿਹਤ ਦੇਵੇ ਚੜ੍ਹਦੀ ਕਲਾ ਬਖਸ਼ੇ ਸਰੋਜ ਕੁਮਾਰੀ ਦਾਰਾ ਰਾਮ ਆਪਣੇ ਵਿਆਹ ਦੀ 24ਵੀਂ ਵਰੇਗੰਢ ਮਨਾ ਰਹੇ ਨੇ 24 ਸਾਲ ਹੋ ਗਏ ਜੀ ਇਹਨਾਂ ਦੇ ਇਸ ਪਵਿੱਤਰ ਰਿਸ਼ਤੇ ਨੂੰ ਤੁਰਦਿਆਂ ਇਹਨਾਂ ਨੂੰ ਮੁਬਾਰਕਾਂ ਭੇਜੀਆਂ ਨੇ ਇਹਨਾਂ ਦੀਆਂ ਬੇਟੀਆਂ ਨੇ ਅਰਸ਼ਦੀਪ ਕੌਰ ਰੇਖਾ ਰਾਣੀ ਸਾਰੇ ਭਰਾਵਾਂ ਵੱਲੋਂ ਭੈਣਾਂ ਵੱਲੋਂ ਇਕਮ ਆਕਾਸ਼ ਅੰਜਲੀ ਪੂਜਾ ਮੰਦੀਪ ਭਤੀਜੇ ਭਤੀਜੀਆਂ ਵੱਲੋਂ ਸਾਰੇ ਪਰਿਵਾਰ ਵੱਲੋਂ ਇਹਨਾਂ ਨੂੰ ਮੁਬਾਰਕਾਂ ਆਈਆਂ ਨੇ ਜੀ ਇਹਨਾਂ ਦੀ ਇਸ 24ਵੇਂ ਵਿਆਹ ਦੀ ਵਰੇਗੰਢ ਤੇ ਇਸੇ ਤਰ੍ਹਾਂ ਤੁਹਾਡਾ ਸਾਥ ਜਿਹੜਾ ਉਹ ਨਿਭਦਾ ਜਾਵੇ ਇਸ ਸਾਥ ਦੇ ਵਿੱਚ ਇੱਕ ਵਿਸ਼ਵਾਸ ਬਹੁਤ ਜ਼ਰੂਰੀ ਹੈ ਤੇ ਅਸੀਂ ਇਹ ਦਿਲੋਂ ਦੁਆ ਕਰਦੇ ਹਾਂ ਕਿ ਤੁਹਾਡੇ ਅੰਦਰ ਦੋਹਾਂ ਦੇ ਅੰਦਰ ਇਸ ਰਿਸ਼ਤੇ ਨੂੰ ਬਖੂਬੀ ਅੱਗੇ ਤੋਰਨ ਦਾ ਜਿਹੜਾ ਵਿਸ਼ਵਾਸ ਹੈ ਉਹ ਇਸੇ ਤਰ੍ਹਾਂ ਬਣਿਆ ਰਵੇ ਇੱਕ ਦੂਸਰੇ ਦੀ ਬਾਹ ਫੜ ਕੇ ਤੁਸੀਂ ਇਸੇ ਤਰ੍ਹਾਂ ਜ਼ਿੰਦਗੀ ਦੀਆਂ ਆਉਣ ਵਾਲੀਆਂ ਅਗਲੀਆਂ ਜਿਹੜੀਆਂ ਮੰਜ਼ਲੇਆਂ ਹਨ ਉਹਨਾਂ ਨੂੰ ਸਰ ਕਰਦੇ ਜਾਓ ਜੀ ਜੀ ਪੰਜਾਬੀ ਵੱਲੋਂ ਦੂਰਦਰਸ਼ਨ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਪਨੂਰ ਸਿੰਘ ਆਪਣਾ ਜਨਮ ਦਿਨ ਮਨਾ ਰਹੇ ਨੇ ਜੀ 30 ਅਪ੍ਰੈਲ ਨੂੰ ਜਪਨੂਰ ਦੀ ਤਸਵੀਰ ਇਸ ਵੇਲੇ ਅਸੀਂ ਸਕਰੀਨ ਤੇ ਦੇਖ ਰਹੇ ਹਾਂ ਪਿਆਰਾ ਜਿਆ ਭੋੜਾ ਜਿਆ ਮਾਸੂਮ ਜਿਆ ਚੈੱਕ ਦਾ ਮੈਕ ਦਾ ਤੇ ਆਲੇ-ਦੁਆਲੇ ਆਪਣੇ ਹਾਸਿਆਂ ਦੇ ਨਾਲ ਖੁਸ਼ਬੂਆਂ ਨੂੰ ਫੈਲਾਉਂਦਾ ਹੋਇਆ ਜਪਨੂਰ ਸਿੰਘ ਮੁਬਾਰਕਾਂ ਭੇਜਣ ਵਾਲਿਆਂ ਤੇ ਸ਼ਾਮਿਲ ਨੇ ਪਿਤਾ ਗੁਰਪ੍ਰੀਤ ਸਿੰਘ ਮਾਤਾ ਨਾਕਸ਼ੀ ਦਾਦਕਾ ਨਾਨਕਾ ਪਰਿਵਾਰ ਜਦੋਂ ਤੁਸੀਂ ਦਾਦਕਾ ਤੇ ਨਾਨਕਾ ਸਾਰਾ ਪਰਿਵਾਰ ਲਿਖ ਦਿੰਦੇ ਹੋ ਨਾ ਤੁਸੀਂ ਸਾਰਿਆਂ ਨੂੰ ਰਾਜੀ ਕਰ ਦਿੰਦੇ ਹੋ ਉਹਦੇ ਵਿੱਚ ਭੂਆ ਉਹਦੇ ਵਿੱਚ ਚਾਚੀ ਤਾਈ ਨਾਨਕੇ ਪਰਿਵਾਰ ਦੇ ਵਿੱਚ ਮਾਮੇ ਮਾਸੀਆਂ ਮੰਮੀ ਜੀ ਮਾਸੜ ਜੀ ਉਹ ਸਾਰੇ ਦੇ ਸਾਰੇ ਰਿਸ਼ਤੇ ਉਹਨਾਂ ਸਾਰਿਆਂ ਨੂੰ ਤੁਸੀਂ ਨਿੱਗ ਵੀ ਦਿੰਦੇ ਹੋ ਆਪਣੇ ਵੱਲੋਂ ਮਾਣ ਤੇ ਸਤਿਕਾਰ ਵੀ ਦਿੰਨੇ ਹੋ ਜਪਨੂਰ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਡੀਡੀ ਪੰਜਾਬੀ ਵੱਲੋਂ ਵੀ ਦੂਰਦਰਸ਼ਨ ਵੱਲੋਂ ਵੀ ਜਪਨੂਰ ਵੱਡਾ ਹੋ ਕੇ ਖੂਬ ਤਰੱਕੀਆਂ ਕਰੇ ਆਪਣਾ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇ ਧ੍ਰਿਤੀ ਦੀ ਤਸਵੀਰ ਹੈ ਜੀ ਜਿਹੜੀ ਹੁਣ ਤੁਸੀਂ ਦੇਖੋਗੇ 30 ਅਪ੍ਰੈਲ ਨੂੰ ਧ੍ਰਿਤੀ ਆਪਣਾ ਜਨਮ ਦਿਨ ਮਨਾਉਣਗੇ ਜੀ ਪਿਆਰੀ ਜੀ ਧ੍ਰਿਤੀ ਦ੍ਰਿਤੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ ਨੇ ਪਿਤਾ ਕਰਨ ਅਬੀ ਮਾਤਾ ਪ੍ਰਿਯੰਕਾ ਅਬੀ ਪੈਨ ਡੋਰਿਸ ਪ੍ਰਾ ਮੌਲਿਕ ਦਾਦਕੇ ਤੇ ਨਾਨਕੇ ਦੋਨਾਂ ਪਰਿਵਾਰਾਂ ਦੇ ਵੱਲੋਂ ਦ੍ਰਿਤੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਆਈਆਂ ਨੇ ਜੀ ਦ੍ਰਿਤੀ ਨੂੰ ਸਾਡੇ ਵੱਲੋਂ ਵੀ ਦੂਰਦਰਸ਼ਨ ਦੇ ਵੱਲੋਂ ਡीडी ਪੰਜਾਬੀ ਦੇ ਵੱਲੋਂ ਜਨਮ ਦਿਨ ਬਹੁਤ-ਬਹੁਤ ਮੁਬਾਰਕ ਦ੍ਰਿਤੀ ਤੁਸੀਂ ਖੂਬ ترقیਆਂ ਕਰੋ ਪੜੋ ਲਿਖੋ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੋ ਪ੍ਰਮਾਤਮਾ ਤੁਹਾਨੂੰ ਸੇਧਿਆਵੀ ਦੇਵੇ ਤੁਸੀਂ ਇਸੇ ਤਰ੍ਹਾਂ ਹੱਸਦੇ ਮੁਸਕਰਾਉਂਦੇ ਰਹੋ ਆਪਣੇ ਘਰ ਦੇ ਆਲੇ-ਦੁਆਲੇ ਆਪਣੀਆਂ ਖੁਸ਼ੀਆਂ ਦੇ ਨਾਲ ਆਪਣੀਆਂ ਗੱਲਾਂ ਦੇ ਨਾਲ ਇਸੇ ਤਰ੍ਹਾਂ ਮਹਿਕਾਵੰਡਦੇ ਰਹੋ ਸਾਡੀ ਦਿਲੀ ਦੁਆ ਇਹੀ ਹੈ ਮਨਜੀਤ ਕੌਰ ਬਿਰਦੀ 30 ਅਪ੍ਰੈਲ ਨੂੰ ਇਹ ਵੀ ਆਪਣਾ ਜਨਮ ਦਿਨ ਮਨਾ ਰਹੇ ਨੇ ਜੀ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ ਨੇ ਪਤੀ ਤਜਿੰਦਰ ਬਿਰਦੀ ਇਹਨਾਂ ਦੇ ਮਾਤਾ ਪਿਤਾ ਕੁਲਦੀਪ ਕੌਰ ਨਿਰਮਲ ਚੰਦ ਕੈਥ ਬੇਟਾ ਪ੍ਰਿਆੰਸ਼ੂ ਬਿਰਦੀ ਬੇਟੀ ਪ੍ਰਿਆ ਬਿਰਦੀ ਇਹਨਾਂ ਦੇ ਵੱਲੋਂ ਵੀ ਮੁਬਾਰਕਾਂ ਆਈਆਂ ਨੇ ਜੀ ਮਨਜੀਤ ਕੌਰ ਬਿਰਦੀ ਜੀ ਨੂੰ ਪੂਰੇ ਪਰਿਵਾਰ ਦੇ ਵੱਲੋਂ ਮੁਬਾਰਕਾਂ ਡीडी ਪੰਜਾਬੀ ਵੱਲੋਂ ਦੂਰਦਰਸ਼ਨ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਮਨਜੀਤ ਕੌਰ ਜੀ ਇਸੇ ਤਰ੍ਹਾਂ ਹੱਸਦੇ ਮੁਸਕਰਾਉਂਦੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਅੱਗੇ ਤੋਰਦੇ ਜਾਓ ਖੁਸ਼ੀਆਂ ਦੇ ਨਾਲ ਖੇੜਿਆਂ ਦੇ ਨਾਲ ਅਗਲੀ ਤਸਵੀਰ ਹੈ ਸਾਡੇ ਕੋਲ ਗੁਰਨੂਰ ਦੀ ਗੁਰਨੂਰ ਆਪਣਾ ਜਨਮ ਦਿਨ ਮਨਾ ਰੇ ਨੇ ਜੀ ਗੁਰਨੂਰ ਪਿਆਰਾ ਜੀ ਗੁਰਨੂਰ ਗੁਰਨੂਰ ਨੂੰ ਮੁਬਾਰਕਾਂ ਭੇਜਣ ਵਾਲਿਆਂ ਦੇ ਵਿੱਚ ਮੰਮੀ ਪਾਪਾ ਦਾदू ਦਾਦੀ ਨਾਨਾ ਨਾਨੀ ਮਾਸੀਆਂ ਭੂਆ ਦਾਦਕਾ ਨਾਨਕਾ ਪਰਿਵਾਰ ਸਾਰੇ ਰਿਸ਼ਤੇਦਾਰਾਂ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਆਈਆਂ ਨੇ ਗੁਰਨੂਰ ਵੱਡਾ ਹੋ ਕੇ ਖੂਬ ਤਰੱਕੀਆਂ ਕਰੇ ਪੜੇ ਲਿਖੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇ ਗੁਰਨੂਰ ਦੀ ਜਿਹੜੀ ਕਿਊਟ ਜੀ ਭੋਲੀ ਜੀ ਸਮਾਈਲ ਹੈ ਉਹ ਇਸੇ ਤਰ੍ਹਾਂ ਉਹਦੇ ਚਿਹਰੇ ਦੇ ਉੱਤੇ ਹਮੇਸ਼ਾ ਬਰਕਰਾਰ ਰਹੇ ਇਹ ਆਲੇ-ਭੋਲੇ ਬੱਚੇ ਸਾਡੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਨੇ ਤੁਸੀਂ ਜਿੰਨੇ ਮਰਜ਼ੀ ਬਾਹਰੋਂ ਥੱਕ ਕੇ ਨੀਰਸ ਤੇ ਬੋਝਲ ਜੇ ਹੋ ਕੇ ਘਰ ਆਓ ਘਰ ਦੇ ਅੰਦਰ ਦਾਖਲ ਹੁੰਦੇ ਆਂ ਇਹਨਾਂ ਬੱਚਿਆਂ ਦੀਆਂ ਕਿਲਕਾਰੀਆਂ ਭੋਲੀਆਂ-ਭੋਲੀਆਂ ਗੱਲਾਂ ਜਿਨ੍ਹਾਂ ਦੇ ਵਿੱਚ ਥੋੜਾ ਜਿਹਾ ਤੋਤਲਾਪਣ ਵੀ ਹੈ ਤੁਹਾਡੇ ਕੋਲ ਕੋਈ ਡਿਮਾਂਡ ਵੀ ਹੈ ਉਚੋਂ ਦੇ ਨੇ ਤੁਸੀਂ ਆਉਂਦਿਆਂ ਸਾਰ ਉਹਨਾਂ ਨੂੰ ਗੋਦੀ ਚੁੱਕ ਲੋ ਉਹਦੇ ਨਾਲ ਤੁਹਾਡੀ ਥਕਾਵਟ ਦੂਰ ਹੋ ਜਾਂਦੀ ਹੈ ਤੁਹਾਨੂੰ ਇੰਜ ਲੱਗਦਾ ਕਿ ਮੈਂ ਤਾਂ ਪਤਾ ਨਹੀਂ ਕਿਹੜੇ ਮਹਿਕਾਂ ਵਾਲੇ ਬਾਗ ਜਾ ਆ ਗਿਆ ਗਨੂਰ ਨੂੰ ਦੂਰਦਰਸ਼ਨ ਦੇ ਵੱਲੋਂ ਡੀਡੀ ਪੰਜਾਬੀ ਦੇ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸੁਨੇਹੇ ਇਹ ਅੱਜ ਦੇ ਸੁਨੇਹੇ ਤੇ ਇਹ سلسلہ ਇਸੇ ਤਰ੍ਹਾਂ ਹੀ ਅਗਾਹ ਵੀ ਚੱਲਣਾ ਹੈ ਅਗਾਹ ਵੀ ਚੱਲੇਗਾ ਕਿਉਂਕਿ ਜਦੋਂ ਅਸੀਂ ਸੁਨੇਹਿਆਂ ਦੀ ਗੱਲ ਕਰਦੇ ਆਂ ਅਸੀਂ ਆਪਣੇ ਦਿਲ ਦੀ ਤਾੰਗ ਅਸੀਂ ਆਪਣੇ ਦਿਲ ਦੀ ਰੀਜ ਅਗਲੇ ਤੱਕ ਪੁਚਾ ਰਹੇ ਆਂ ਜਦੋਂ ਵੀ ਕੋਈ ਸੁਨੇਹਾ ਲਿਖਿਆ ਜਾਂਦਾ ਹੈ ਜਦੋਂ ਵੀ ਕੋਈ ਸੁਨੇਹਾ ਲਿਖਿਆ ਜਾਂਦਾ ਹੈ ਸਭ ਤੋਂ ਪਹਿਲਾਂ ਉਸ ਸ਼ਖਸ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ ਕਿ ਅਸੀਂ ਸੁਨੇਹਾ ਕੱਲ ਕਿਨੂੰ ਰੇ ਆਂ ਅਸੀਂ ਸੁਨੇਹਾ ਕਿਦੇ ਬਾਬਤ ਲਿਖ ਰਹੇ ਆਂ ਫਿਰ ਦਿਲੋਂ ਦੁਆਵਾਂ ਨਿਕਲਦੀਆਂ ਫਿਰ ਜਿੰਨਾ ਜਿੰਨਾ ਸਾਖ ਉਹਨਾਂ ਉਹਨਾਂ ਸੇਕ ਕਹਿੰਦੇ ਆ ਨਾ ਸੋ ਤੁਹਾਡੇ ਨਾਲ ਜਿੰਨਾ ਵੀ ਗੂੜ ਹੈ ਉਸ ਇੱਕ ਸ਼ਖਸ ਦਾ ਤੁਹਾਡੇ ਦਿਲੋਂ ਉਹ ਪਲ ਉਹ ਗੱਲਾਂ ਉਹ ਯਾਦ ਆਉਂਦੀਆਂ ਨੇ ਜਿਹੜੀਆਂ ਅਸੀਸਾਂ ਦੇ ਰੂਪ ਵਿੱਚ ਉਸ ਸੁਨੇਹੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਸੋ ਇਹ ਸੁਨੇਹੇ ਤੇ ਇਹ ਮੌਕੇ ਦੇ ਉੱਤੇ ਖਾਸ ਮੌਕੇ ਤੇ ਇਹ ਸੁਨੇਹੇ ਨੂੰ ਕੱਲਣਾ ਇਹ ਬਹੁਤ ਖੂਬਸੂਰਤੀ ਵਾਲੀ ਗੱਲ ਹੈ ਤੇ ਜਦੋਂ ਤੁਸੀਂ ਇਹ ਸੋਚਦੇ ਹੋ ਕਿ ਅੱਜ ਇਹਦਾ ਜਨਮ ਦਿਨ ਹੈ ਅੱਜ ਨੂੰ ਫਟਾਫਟ ਵਿਸ਼ ਕਰ ਦਈਏ ਸਾਡੇ ਵੱਲੋਂ ਪਹਿਲਾਂ ਸੁਨੇਹਾ ਜਾਣਾ ਚਾਹੀਦਾ ਸਭ ਤੋਂ ਪਹਿਲਾਂ ਅਸੀਂ ਵਿਸ਼ ਕਰੀਏ ਇਹਦੇ ਨਾਲ ਤੁਹਾਡਾ ਪਿਆਰ ਤੁਹਾਡਾ ਨਿੱਗ ਤੇ ਉਹਦੇ ਪ੍ਰਤੀ ਜਿਹੜੀ ਸੋਚ ਹੈ ਉਹ ਸਾਹਮੇ ਆਂਦੀ ਹੈ ਤੇ ਜਦੋਂ ਅਗਲੇ ਤੀਕ ਤੁਹਾਡਾ ਸੁਨੇਹਾ ਪਹੁੰਚਦਾ ਹੈ ਉਹ ਤਾਂ ਫਿਰ ਭੁੱਲਿਆ ਨਹੀਂ ਸਮਾਉਂਦਾ ਉਹਨੂੰ ਇਹ ਲੱਗਦਾ ਹੈ ਕਿ ਇਹ ਮੇਰੇ ਕੋਲ ਅੱਜ ਦੇ ਦਿਨ ਜਿਹੜੀ ਗਿਣਤੀ ਹੁੰਦੀ ਹੈ ਨਾ ਕਿੰਨੇ ਮੈਸੇਜ ਆਏ ਕਿੰਨੀਆਂ ਵਿਸ਼ੇਜ਼ ਆਈਆਂ ਉਹਨਾਂ ਦਾ ਮੁੱਲ ਹੀ ਕੋਈ ਨਹੀਂ ਸ਼ਾਮ ਨੂੰ ਫਿਰ ਜਦੋਂ ਤੁਸੀਂ ਇਕੱਠੇ ਹੋਣਾ ਕੋਈ ਪਾਰਟੀ ਹੈ ਕੋਈ ਟ੍ਰੀਟ ਹੈ ਕਿਤੇ ਘੁੰਮਣ ਗਏ ਹੋ ਸਾਰਿਆਂ ਨੂੰ ਨਾਲ ਲੈ ਕੇ ਗਏ ਹੋ ਉਹ ਇਕੱਠਿਆਂ ਦਾ ਮਾਹੌਲ ਬਣਾਉਣਾ ਖਾਣਾ ਪੀਣਾ ਇਹ ਸਾਰਾ ਜਿਹੜਾ ਹੈ ਨਾ ਇਹ ਸਾਨੂੰ ਸਾਡੇ ਆਲੇ-ਦੁਆਲੇ ਨੂੰ ਰੁਸ਼ਨਾ ਦਿੰਦਾ ਹੈ ਖੁਸ਼ੀਆਂ ਦਿੰਦਾ ਹੈ ਇਹ ਖੁਸ਼ੀਆਂ ਨੂੰ ਵੰਡਣ ਦੇ ਨਿੱਕੇ-ਨਿੱਕੇ ਕਾਰਨ ਹੁੰਦੇ ਨੇ ਤੇ ਉਹਨਾਂ ਕਾਰਨਾਂ ਨੂੰ ਜਦੋਂ ਅਸੀਂ ਸਾਂਭ ਲੈਨੇ ਆ ਸਵਾਰ ਲੈਨੇ ਆ ਆਪਣੀ ਜ਼ਿੰਦਗੀ 'ਚ ਜਦੋਂ ਸ਼ਾਮਿਲ ਕਰ ਲੈਨੇ ਆ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਨੀਰਸ ਤੇ ਬੋਝਲ ਨਹੀਂ ਲੱਗਦੀ ਸਾਨੂੰ ਸਾਡੀ ਜ਼ਿੰਦਗੀ ਨੂੰ ਜਿਉਣ ਦਾ ਇੱਕ ਸਵਾਦ ਆ ਜਾਂਦਾ ਹੈ ਇੱਕ ਮਕਸਦ ਮਿਲ ਜਾਂਦਾ ਹੈ ਮਾਤਾ ਪਿਤਾ ਆਪਣਾ ਜਨਮ ਦਿਨ ਭਾਵੇਂ ਭੁੱਲ ਜਾਣ ਪਰ ਜਦੋਂ ਬੱਚਿਆਂ ਦਾ ਜਨਮ ਦਿਨ ਆਉਂਦਾ ਹੈ ਤੇ ਕਿੰਨੇ ਦਿਨ ਪਹਿਲਾਂ ਹੀ ਉਹਦੇ ਨਾਲ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਇਸ ਵਾਰੀ ਇਹਨੂੰ ਇਹ ਲੈ ਕੇ ਦੇਣਾ ਹੈ ਇਸ ਵਾਰੀ ਇਹਦੀ ਇਹ ਡਿਮਾਂਡ ਸੀ ਅਹਿਦ ਕਿ ਇਹਨੂੰ ਇਹ ਨਾ ਲੈ دیਏ ਅਸੀਂ ਸੋ ਤੁਸੀਂ ਕਿੰਨੀ ਦਿਨ ਪਹਿਲਾਂ ਹੀ ਉਹਦੀ ਪਲੈਨਿੰਗ ਸ਼ੁਰੂ ਕਰ ਦਿੰਦੇ ਹੋ ਉਹਦੇ ਪਿੱਛੇ ਇੱਕ ਪਿਆਰ ਲੁਕਿਆ ਹੁੰਦਾ ਹੈ ਇੱਕ ਨਿਗ ਲੁਕਿਆ ਹੁੰਦਾ ਹੈ ਜੋ ਤੁਸੀਂ ਚਾਹੁੰਦੇ ਹੋ ਜੋ ਤੁਸੀਂ ਸੋਚਦੇ ਹੋ ਤੇ ਨਾਲ ਦੀ ਨਾਲ ਉਹਨਾਂ ਪਿਆਰੇ ਪਿਆਰੇ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਦੇ ਨਾਲ ਜਾਣੂ ਜ਼ਰੂਰ ਕਰਾਓ ਇਹ ਵੀ ਜ਼ਿੰਦਗੀ ਦਾ ਬੜਾ ਖੂਬਸੂਰਤ ਤੇ ਅਹਿਮ ਤੋਹਫਾ ਹੈ ਉਹਨੂੰ ਇਹ ਜ਼ਰੂਰ ਦੱਸੋ ਵੀ ਜਿਹੜੀ ਧਰਤ ਤੇ ਵੱਸਦਾ ਹੈ ਉਹ ਧਰਤ ਕਿੰਨੀ ਕੀਮਤੀ ਹੈ ਜਿਹੜੇ ਆਬੂ ਹੋਇਆ ਚ ਅਸੀਂ ਰਹਿ ਰਹੇ ਹਾਂ ਜਿਹੜੇ ਰੁੱਖਾਂ ਬੂਟਿਆਂ ਦੀ ਸਾਨੂੰ ਛਾਂ ਮਿਲ ਰਹੀ ਹੈ ਉਹ ਵੀ ਸਾਡੇ ਲਈ ਕਿੰਨੇ ਕੀਮਤੀ ਨੇ ਜਦੋਂ ਜਦੋਂ ਅਸੀਂ ਇਹ ਸੁਨੇਹੇ ਦਵਾਂਗੇ ਤੇ ਸਾਡਾ ਜਿਹੜਾ ਸੁਨੇਹਾ ਦਿੱਤਾ ਸਾਕਾਰ ਹੋਵੇਗਾ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣਗੇ ਜਰੀਆ ਹੈ ਜੀ ਈਮੇਲ ਐਡਰੈਸ ਹੁਣ ਨੋਟ ਕਰੋ ਸਕਰੀਨ ਤੇ ਉੱਤੇ ਐਸ ਵੇਲੇ ਸਾਡਾ ਜਿਹੜਾ ਸੁਨੇਹੇ ਦਾ ਈਮੇਲ ਤੁਹਾਡੇ ਕੋਲ ਪਹੁੰਚ ਰਿਹਾ ਜੀ ਸੁਨੇਹੇ ਡੀਡੀ ਪੰਜਾਬੀ @gmail.com ਸਾਨੂੰ ਈਮੇਲ ਜਿਹੜੀਆਂ ਤੁਸੀਂ ਸ਼ੁੱਕਰਵਾਰ ਦੁਪਹਿਰ ਤੱਕ ਭਲ ਦਿਆ ਕਰੋ ਤਾਂ ਕਿ ਅਸੀਂ ਸਮਾਂ ਰਹਿਂਦੇ ਆ ਠੀਕ ਤਰੀਕੇ ਦੇ ਨਾਲ ਤੁਹਾਡੀਆਂ ਤਸਵੀਰਾਂ ਨੂੰ ਉਹ ਨਾਮ ਸਾਰਾ ਕੁਝ ਆਪਣੇ ਸੁਨੇਹਾ ਦੇ ਵਿੱਚ ਸ਼ਾਮਿਲ ਕਰ ਸਕੀਏ ਤਾਂ ਕਿ ਸੋਹਣੇ ਤਰੀਕੇ ਦੇ ਨਾਲ ਸੁਨੇਹੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਅਸੀਸਾਂ ਤੁਹਾਡੇ ਤੀਕ ਦੁਆਵਾਂ ਜਿਹੜੀਆਂ ਤੁਸੀਂ ਭੇਜਦੇ ਹੋ ਆਪਣਿਆਂ ਨੂੰ ਤੁਹਾਡੇ ਤੀਕ ਜਿਹੜੀਆਂ ਉਹ ਪਹੁੰਚਦੀਆਂ ਕਰ ਸਕੀਏ। ਇਹੀ ਇੱਕ ਢੰਗ ਹੈ, ਇਹੀ ਇੱਕ ਤਰੀਕਾ ਹੈ ਆਪਣਿਆਂ ਤੀਕ ਪਿਆਰ ਤੇ ਖਲੂਸ ਤੇ ਉਸ ਨਿੱਗ ਨੂੰ ਪਹੁੰਚਾਉਣ ਦਾ। ਛੋਟੀ ਜੀ ਵਿਸ਼ ਕਿਸੇ ਦੱਦ ਦੇਨ ਬਣਾ ਦਿੰਦੀ ਹੈ। ਛੋਟੀ ਜੀ ਖੁਸ਼ੀ ਬੁੱਲਾਂ ਦੇ ਉੱਤੇ ਧਰੀ ਹੋਈ ਮੁਸਕਾਨ ਕਿਸੇ ਨੂੰ ਬਹੁਤ ਡੂੰਘੀਆਂ ਸੋਚਾਂ ਵਿੱਚੋਂ ਕੱਢ ਲੈਂਦੀ ਹੈ। ਸੋ ਇਸੇ ਤਰ੍ਹਾਂ ਇਹ ਪ੍ਰੋਗਰਾਮ ਸੁਨੇਹੇ ਖੈਰ ਮੁਕਦਮ ਮੰਗਦਾ ਹੈ ਤੁਹਾਡੇ ਸਾਰਿਆਂ ਦੀ ਇਹ ਸੁਨੇਹੇ ਪਿਆਰ ਦੇ ਘਰਾਂ ਤੱਕ ਪਹੁੰਚਦੇ ਰਹਿਣ ਜ਼ਰੀਆ ਸੀ ਆ ਤੁਹਾਡੇ ਸੁਨੇਹੇ ਪਹੁੰਚਾਵਾਂਗੇ ਤੁਹਾਡੇ ਤਿੱਕ ਅੱਜ ਦਾ ਪ੍ਰੋਗਰਾਮ ਸੁਨੇਹੇ ਇੱਥੇ ਸਮੇਟਦੇ ਆਂ ਸ਼ੁਕਰੀਆ ਪੀਆ ਇਹ ਸੈਲਫੀਆਂ ਖਿੱਚਣ ਤਾਂ